ਤੋਂ ਦੁੱਖ ਸੁੱਖ ਸੁੱਖ ਸਾਰਾ ਆਪਣੇ ਸਰੀਰ ਤੇ ਸਹਿ ਕੇ ਮਨਾਂ ਦੇ ਵਿਚ ਰਹਿ ਕੇ ਜੰਗਲਾਂ ਦੇ ਵਿਚ ਰਹਿ ਕੇ ਸੱਪਾਂ ਜੂਹਾਂ ਦੇ ਸ਼ੇਰਾਂ ਦੇ ਵਿਚ ਰਹਿ ਕੇ ਉਨ੍ਹਾਂ ਨੇ ਨਿਰਵਾਹ ਕਰ ਲਿਆ। ਲੇਕਿਨ ਸਤਿਗੁਰੂ ਦੀ ਜੋ ਸਿੱਖਿਆ ਦਿੱਤੀ ਸੀ ਉਸ ਤੋਂ ਅਲੱਗ ਨਾ ਹੋਏ। ਸੋ ਇਸ ਤਰ੍ਹਾਂ ਕਰਕੇ ਖਾਲਸੇ ਪੰਥ ਦੀ ਵਿਦਿਆ ਪੱਕਾ ਸਰਵਣ ਕੀਤੀ ਸੀ। ਸੋ ਬਨਈ ਜੋ ਚਾਹੁੰਦੇ ਸਨ ਕਿ ਅਸੀਂ ਕਿਉਂਕਿ ਖਾਲਸੇ ਪੰਥ ਨੇ ਜਦੋਂ ਇੱਥੇ ਜੋੜ ਮੇਲੇ ਲਾਉਣੇ ਸ਼ੁਰੂ ਕਰ ਲਏ ਉਸ ਟਾਈਮ ਇਹ ਭਾਈ ਮਨੀ ਸਿੰਘ ਜੀ ਵਾਲਾ ਪ੍ਰਸੰਨ ਜੋ ਆਮ ਸੰਗਤਾਂ ਸਰਵਣ ਕਰਦੀਆਂ ਨੇ ਇਤਿਹਾਸ ਇਸ ਨੂੰ ਕਿਸ ਤਰ੍ਹਾਂ ਬਿਆਨ ਕਰਦਾ ਹੈ। ਇਹ ਭਾਈ ਮਨੀ ਸਿੰਘ ਦਾ ਸਤਿਗੁਰੂ ਜਦੋਂ ਅਨੰਦਪੁਰ ਸਾਹਿਬ ਬਿਰਾਜਮਾਨ ਸਨ ਉਦੋਂ ਹੀ ਅੰਮ੍ਰਿਤਸਰ ਦੇ ਬੰਦੋਬਸਤ ਵਾਸਤੇ ਭਾਈ ਮਨੀ ਸਿੰਘ ਨੂੰ ਭੇਜ ਦਿੱਤਾ ਸੀ। ਜੇ ਪਰਲੇਦਾਰ ਨਿਸ਼ਾਨ ਲੈ ਕੇ ਕਿਉਂਕਿ ਪਹਿਲੇ ਝੰਡੇ ਹੁੰਦੇ ਸਨ ਪੰਜਾਬ ਦਾ ਕਿਹਾ ਜਾਂਦਾ ਸੀ ਝੰਡੇ ਕੱਢੇ ਜਾਂਦੇ ਸਨ। ਪਰਲੇਦਾਰ ਨਿਸ਼ਾਨ ਜਿਹੜਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜਦ ਪੰਥ ਸਾਜਿਆ ਇੱਕ ਤਾਂ ਪੰਥ ਕਾ ਨਿਸ਼ਾਨ ਨੀਲਾ ਕਿਉਂਕਿ ਗੁਰੂ ਖਾਲਸੇ ਪੰਥ ਦਾ ਜੋ ਬਾਣਾ ਹੈ ਅਕਾਲ ਪੁਰਖ ਦਾ ਅਕਾਲੀ ਪੰਥ ਦਾ ਉਹ ਨੀਲਾ ਹੈ। ਅਕਾਲੀ ਪੰਥ ਦੀ ਸਾਜਨਾ ਕਰਨ ਵੇਲੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਨਿਸ਼ਾਨ ਵੀ ਨੀਲੇ ਪਰਲੇਦਾਰ ਕਰ ਦਿੱਤੇ ਸਨ। ਦੋਵੇਂ ਗੁਰੂ ਕੇ ਨਿਸ਼ਾਨ ਹਨ ਕੇਸਰੀ ਅਤੇ ਜਦੋਂ ਸਾਧੂ ਸੰਤਾਂ ਉਦਾਸੀਆਂ ਦਾ ਪ੍ਰਬੰਧ ਸੀ ਉਦੋਂ ਉਨ੍ਹਾਂ ਨੇ ਭਗਵੇਂ ਝੰਡੇ ਲਾਏ ਸਨ ਅਤੇ ਉੱਪਰ ਜਿੱਥੇ ਖੰਡਾ ਲਾਉਂਦੇ ਹਾਂ ਆਪਾਂ ਉਸ ਜਗ੍ਹਾ ਤੇ ਮੋਰਾਂ ਦੇ ਫੰਗਾਂ ਦਾ ਐਮ ਉੱਠਾ ਭਰਿਆ ਹੁੰਦਾ ਸੀਗਾ। ਇਹ ਤਾਂ ਬਹੁਤ ਸਮਾਂ ਬਾਅਦ ਵੀ ਸਿਖ ਲਿਆ। ਆਮ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਇਸੇ ਤਰ੍ਹਾਂ ਦੇਖਣ ਵਿੱਚ ਆਉਂਦਾ ਸੀਗਾ ਕਿ ਝੰਡਾ ਅਤੇ ਉੱਤੇ ਮੋਹਰਾਂ ਦਾ ਇਸ ਤਰ੍ਹਾਂ ਮੁੱਠਾ ਪੱਤਾ ਹੁੰਦਾ ਸੀ ਜਿਵੇਂ ਚੌਰ ਪਹਿਣਾ ਹੁੰਦਾ ਹੈ। ਸੋ ਬਾਦਵੇਂ ਖੰਡਾ ਇਹ ਥੋੜੇ ਦਿਨ ਤੋਂ ਥੋੜੇ ਸਮੇਂ ਤੋਂ ਹੀ ਇਹ ਪ੍ਰਗਟ ਹੋਈ ਹੈ। ਜਦ ਸਿੱਖੀ ਜਾਗਰਤ ਹੁਣ ਆਈ ਹੈ ਹਿੰਦੁਸਤਾਨ ਆਜ਼ਾਦ ਹੋਇਆ ਹੈ ਆਜ਼ਾਦ ਤੋਂ ਬਾਅਦ ਇਹ ਸਾਰੀ ਪ੍ਰਾਪਤੀ ਚੱਲੀ ਹੈ ਸਾਰਾ ਪਰੰਪਰਾ ਸ਼ੁਰੂ ਹੋਈ ਹੈ। ਉਸ ਤੋਂ ਪਹਿਲਾਂ ਕੋਈ ਨਹੀਂ ਸੀ। ਸੋ ਇਸ ਤਰ੍ਹਾਂ ਕਰਕੇ ਖਾਲਸਾ ਜੀ ਸਾਹਿਬ ਜੀ ਨੇ ਜਦ ਪੰਥ ਸਾਜਿਆ ਹੈ ਉਸ ਦੀਆਂ ਵੱਖਰੀਆਂ ਨਿਸ਼ਾਨੀਆਂ ਦਿੱਤੀਆਂ ਹਨ। ਨੀਲਾ ਨਿਸ਼ਾਨ ਪਰਵੇਦਾਰ ਭਾਈ ਮਨੀ ਸਿੰਘ ਜੀ ਲੈ ਕੇ ਅੰਮ੍ਰਿਤਸਰ ਪਹੁੰਚ ਗਏ ਸਨ ਜੋ ਅੱਜ ਵੀ ਚੌਕੀ ਚੜ੍ਹਦੀ ਹੈ ਉਸ ਨਿਸ਼ਾਨ ਦੀ ਨਿਸ਼ਾਨੀ ਹੈ। ਉਹ ਚੌਕੀ ਚੜ੍ਹਦੀ ਹੈ ਜਦੋਂ ਰਾਤ ਨੂੰ ਮਹਿਤਾ ਸੁੰਦਰ ਦਾ ਭੋਗ ਪੈਂਦਾ ਹੈ ਤੇ ਸੰਗਤਾਂ ਐਂ ਲੈ ਕੇ ਚੱਲਦੀਆਂ ਹਨ। ਫਿਰ ਇਹ ਚੌਕੀ ਇੱਕ ਹੋਰ ਚੱਲਦੀ ਹੈ ਜੋ ਸਾਰਿਆਂ ਗੁਰਦੁਆਰਿਆਂ ਦੀ ਯਾਤਰਾ ਕਰਦੇ ਹਨ। ਉਹ ਅੰਮ੍ਰਿਤਸਰ ਦੀ ਸੰਗਤ ਜੋ ਹੈ ਉਹ ਇਹ ਪਰੰਪਰਾ ਨਿਭਾਈ ਹੁੰਦੀ ਹੈ ਉਹ ਅੱਜ ਤੇ ਪ੍ਰਚਲਿਤ ਹੈ। ਇਸ ਤਰ੍ਹਾਂ ਕਰਕੇ ਭਾਈ ਮਨੀ ਸਿੰਘ ਜੀ ਉਦੋਂ ਹਾਜ਼ਰ ਸਨ ਜਦੋਂ ਮੁਗਲਾਂ ਦੇ ਨਾਲ ਇਹ ਇਕਰਾਰਨਾਮਾ ਲਿਖਿਆ ਗਿਆ ਕਿ 10 ਦਿਨ ਮੇਲਾ ਤੁਸੀਂ ਲਾ ਸਕਦੇ ਹੋ ਲੇਕਿਨ 10,000 ਟੈਕਸ ਦਾ ਸਰਕਾਰ ਨੂੰ ਭਰੋ ਤੇ ਬੇਸ਼ੱਕ ਮੇਲਾ ਲਾ। ਇਹ ਖਾਲਸੇ ਪੰਥ ਨੇ ਸ਼ਰਤ ਕਰ ਲਈ। ਜਦੋਂ ਖਾਲਸਾ ਪੰਥ ਇੱਥੇ ਸਾਰਾ ਇਕੱਤਰ ਹੋ ਚੁੱਕਿਆ ਸੀ ਗੁਰੂ ਸਾਹਿਬ ਦੇ ਹਜ਼ੂਰੀ ਰਹਿਣ ਵਾਲੇ ਗੁਰੂ ਕੇ ਲਾਲ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਕਰਮ ਸਿੰਘ ਜੀ ਦਿਆਲ ਸਿੰਘ ਜੀ ਇਹੋ ਜਿਹੇ ਮੁਖੀ ਸਿੰਘ ਪੰਥ ਵਿੱਚ ਉਦੋਂ ਮੌਜੂਦ ਸਨ ਜਿਨ੍ਹਾਂ ਨੂੰ ਸਾਰੀ ਕਿਰਿਆ ਦਾ ਪਤਾ ਸੀ ਪੰਥ ਖਾਲਸੇ ਦੀ ਰਹਿਤਰੀ ਮਰਿਆਦਾ ਦਾ ਪਤਾ ਸੀ ਉਨ੍ਹਾਂ ਦੀ ਤੇ ਬੰਦਈਆਂ ਦੀ ਆਸ ਵਿੱਚ ਜਿਵੇਂ ਅੱਗੇ ਹੈ ਕਹਾਈ ਵਧੀ ਹੈ। ਬੰਦਈਆਂ ਨੇ ਦਾਅਵਾ ਕੀਤਾ ਗੁਰੂ ਸਾਹਿਬ ਉੱਤੇ ਕਿਉਂਕਿ ਮੇਲਾ ਲੱਗਿਆ ਬਹੁਤ ਸਾਰਾ ਚੜ ਚੜਾਵਾ ਆਇਆ। ਚੜ ਚੜਾਵੇ ਤੋਂ ਬਾਅਦ ਇਹ ਪ੍ਰਸੰਨ ਪਹਿਲਾਂ ਦਾ ਤੇ ਇਸ ਤੋਂ ਬਾਅਦ ਫਿਰ ਕਿਉਂਕਿ ਮੇਲਾ ਲਾਉਣਾ ਇਸ ਤਰ੍ਹਾਂ ਆਮ ਮਸ਼ਹੂਰੀ ਹੋ ਗਈ ਵੀ ਮੇਲਾ ਤੁਰਕ ਕਰਨੇ ਦੀ ਲਾ ਲਿਆ ਕਰੋ ਲੇਕਿਨ ਖਜ਼ਾਨੇ ਵਿੱਚ ਇੰਨਾ ਰੁਪਿਆ ਭਰ ਕੇ ਖਾਲਸੇ ਪੰਥ ਦੇ ਵਿੱਚ ਇਹ ਪਰੰਪਰਾ ਚੱਲੀ ਕਿ ਦੂਸਰੇ ਮੇਲੇ ਤੇ ਬੰਦਈਆਂ ਨੇ ਕੋਈ ਹੱਕ ਦਾਅਵਾ ਜਗਾਇਆ ਕਿ ਸਾਡੀ ਵੀ ਸੰਗਤ ਆਈ ਹੈ ਇੱਥੇ ਉਨ੍ਹਾਂ ਨੇ ਵੀ ਭੇਟਾ ਚੜਾਈ ਹੈ ਇਸ ਕਰਕੇ ਸਾਡਾ ਅੱਧ ਬਣਦਾ ਹੈ ਅੱਧਾ ਸਾਨੂੰ ਦਿੱਤਾ ਜਾਏ। ਹੁਣ ਤਤਕਾਲ ਸਾਹਿਬ ਇਸ ਗੱਲ ਤੋਂ ਰਾਜੀ ਨਾ ਹੋਇਆ ਨਾ ਕਿ ਵੀ ਅਸੀਂ ਠੀਕ ਕਿਵੇਂ ਲਾ ਲਈਏ। ਗੁਰੂ ਪੰਥ ਦੀ ਚੀਜ਼ ਗੁਰੂ ਪੰਥ ਵਰਤੇਗਾ ਇਹ ਜੇਲ ਦੇ ਉੱਤੇ ਸ਼ਰਤਾਂ ਬੰਨਦੇ ਨੇ ਕਿ ਸਾਡੀ ਅੱਧੀ ਸੰਗਤ ਆਈ ਹੈ ਚੜਾਵਾ ਦੇ ਤਾਂ ਮਰਿਆਦਾ ਅੰਦਰ ਤੇ ਹੈ ਨਹੀਂ। ਖਾਲਸੇ ਪੰਥ ਨੇ ਕਿਹਾ ਕਿ ਹੈ ਜੇ ਤੁਸੀਂ ਇਹ ਗੱਲ ਕਰਨੀ ਤੇ ਸਾਡੇ ਨਾਲ ਰਲ ਕੇ ਕਰ ਸਕਦੇ ਸਾਰਾ ਚੜਾਵਾ ਤੁਹਾਡਾ ਹੈ ਆਓ ਨੀਰ ਪਸਤਰ ਪਹਿਨੋ ਸਰਬੰਗੀ ਚੱਲੋ ਇਹ ਸੁਹਾ ਜਿਹੜਾ ਤੁਸੀਂ ਪਾਣਾ ਪਾਇਆ ਇਹ ਉਤਾਰ ਦਿਓ ਕੋਈ ਖਾਲਸੇ ਵਿੱਚ ਰਲ ਜਾਓ ਅੰਮ੍ਰਿਤ ਪਾਨ ਕਰੋ। ਤੋ ਇਸ ਗੱਲ ਤੇ ਬੰਦਈ ਨਹੀਂ ਰਾਜੀ ਹੋਈ ਵੈਸ਼ਨੋ ਪੰਥ ਚਲਾਉਣਾ ਚਾਹੁੰਦੇ ਸਨ ਖਾਲਸੇ ਨੂੰ ਇਹ ਮਨਜ਼ੂਰ ਨਹੀਂ ਸੀ ਕਿਉਂਕਿ ਗੁਰੂ ਸਾਹਿਬ ਨੇ
ਕੁਛ ਬਾਈਆਂ ਕੁਛ ਵੱਧ ਕਰ ਦਿੱਤਾ ਸੀ ਤਾਂ ਇਸ ਵਾਸਤੇ ਭਾਈ ਰਤਨ ਸਿੰਘ ਜੀ ਸਾਰਾ ਪ੍ਰਸੰਨ ਕਰਵਾਉਂਦੇ ਨੇ ਕਿ ਕਿਸ ਤਰ੍ਹਾਂ ਖਾਲਸੇ ਪੰਥ ਵਿਚ ਬਲਈਆਂ ਨਾਲ ਆ ਕੇ ਖੰਡਾ ਖੜ ਗਿਆ ਤੇ ਖਾਲਸੇ ਪੰਥ ਨੇ ਆਪਣੀ ਹੋਂਦ ਨੂੰ ਕਿਵੇਂ ਕਾਇਮ ਰੱਖਿਆ ਤੇ ਬੜੇ ਤਗੜੇ ਹੋ ਕੇ ਬੜੀਆਂ ਸ਼ਹੀਦੀਆਂ ਹੋਈਆਂ ਨੇ ਇਸ ਜਗ੍ਹਾ ਉੱਤੇ ਅੱਜ ਵੀ ਜਾਈਏ ਮੰਜੀ ਸਾਹਿਬ ਤੇ ਉਹਦੇ ਪਾਸੇ ਦੋ ਨਿਸ਼ਾਨ ਲੱਗੋ ਪਤਾ ਲੱਗੇ ਨਾ ਕਿ ਨਹੀਂ ਉਹ ਤਤਕਾਲ ਸਿੱਧੇ ਬਲਈਆਂ ਦਾ ਆਪਸੀ ਫੈਸਲਾ ਜਿੱਥੇ ਹੋਇਆ ਉੱਥੇ ਖੰਡਿਆਂ ਨਾਲ ਫੈਸਲਾ ਹੋਇਆ ਯੁੱਧ ਨਾਲ ਫੈਸਲਾ ਹੋਇਆ ਬਲਈਆਂ ਨੂੰ ਮਾਰ ਕੇ ਭਜਾਇਆ ਖਾਲਸੇ ਨੇ ਅੰਮ੍ਰਿਤਸਰ ਚੋਂ ਕੱਢੇ ਹਨ ਨਹੀਂ ਤੇ ਇੱਥੇ ਉਹ ਆਪਣੀ ਚਲਾਤੀ ਮਰੀਆਂ ਜਿਵੇਂ ਅੱਜ ਚੱਲ ਪਈ ਹੈ ਅੱਜ ਵੀ ਤੇ ਉੱਥੇ ਪਏ ਪਜਾਮੇ ਹੋਇਆ ਸੀ ਤੇ ਅਮਰਤੀਆਂ ਦੀ ਮਰਿਆਦਾ ਪੁਰਾਣੀ ਗੁਰੂ ਖਾਲਸੇ ਪੰਥ ਵਾਲੀ ਤੇ ਮਰਿਆਦਾ ਕੋਈ ਨਹੀਂ ਰਹਿਣ ਦਿੱਤੀ ਨਾ ਅਕਾਲ ਤਖ਼ਤ ਤੇ ਨਾ ਅੰਮ੍ਰਿਤਸਰ ਤੇ ਉਹਦਾ ਆਪੋ ਆਪਣੀ ਆਪ ਉੱਧਰ ਹੀ ਚੱਲ ਰਹੀ ਹੈ ਇੱਕ ਤਾਂ ਹੀ ਜੋ ਪ੍ਰਚਾਰ ਕਰਦੇ ਨੇ ਕਿ ਉਹ ਗੱਲ ਲਾਗੂ ਨਈਆਂ ਵਾਲੀ ਹੋ ਜਾਵੇ ਅਸੀਂ ਵੀ ਪ੍ਰਵਾਨ ਚੜ ਜਾਈਏ ਪਰ ਕਿ ਜੋ ਸਾਹਿਬ ਨੂੰ ਪਾਉਂਦਾ ਹੈ ਉਹੀ ਤਾਂ ਉਹੀ ਹੈ ਇਸ ਵਾਸਤੇ ਖਾਲਸਾ ਜੀ ਕਿ ਉਸ ਦਿਨ ਦਾ ਆਪਾਂ ਹਿਸਾਬ ਲਾਈਏ ਤੇ ਮੋਰਚਾ ਚੜਿਆ ਹੁੰਦਾ ਹੈ ਇਹ ਬਾਤ ਬਾਤ ਚੜਿਆ ਹੁੰਦਾ ਹੈ ਖਾਲਸੇ ਪੰਥ ਦਾ ਅਤੇ ਦੂਸਰਿਆਂ ਦਾ ਇਸ ਵਾਸਤੇ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਇਸ ਗੱਲ ਨੂੰ ਜ਼ਾਹਰ ਕਰਦਾ ਹੈ ਦੋਨੀਂ ਰੁਕੋ ਰੱਖਦਾ ਹੈ ਕਿ ਤਤਕਾਲਤਾ ਕੀ ਵਸਤੂ ਹੈ ਬੰਦੇ ਕੀ ਵਸਤੂ ਨੇ ਉਹ ਕਿਸ ਗੱਲ ਤੇ ਲੜਦੇ ਸੀ ਖਾਲਸਾ ਪੰਥ ਕਿਸ ਗੱਲ ਤੇ ਲੜਦਾ ਹੈ ਇਸ ਤਰ੍ਹਾਂ ਸਾਰੇ ਨਿਰਣੇ ਕੀਤੇ ਨੇ ਭਾਈ ਰਤਨ ਸਿੰਘ ਜੀ ਨੇ ਆਓ ਮੰਗਲ ਦੀਆਂ ਕਾਗਰ ਕਰਕੇ ਪ੍ਰੇਮ ਕਰਮ ਕਰੋ ਦੋਹਰਾ ਤੁਰਕਨ ਕੋ ਮੁੱਖ ਬਣ ਲਿਓ ਜੋ ਗੱਲ ਭਾਈ ਮਸ਼ਹੂਰ ਇਹ ਗੱਲ ਪ੍ਰਗਟ ਹੋ ਗਈ ਸਾਰੇ ਪੰਜਾਬ ਦੇ ਵਿੱਚ ਦੂਰ ਦੁਰਾਡੇ ਤਾਈਂ ਖਬਰਾਂ ਹੋ ਗਈਆਂ ਦੂਸਰੇ ਸੂਬਿਆਂ ਤਾਈਂ ਕਿ ਖਾਲਸੇ ਪੰਥ ਨੇ ਤੁਰਕਾਂ ਦਾ ਮੂੰਹ ਬੰਨ ਲਿਆ ਹੈ ਤੁਰਕਾਂ ਨਾਲ ਇਕਰਾਰ ਕਰ ਲਿਆ ਹੈ ਕਿ ਤੁਸੀਂ ਜਿਵੇਂ ਹੋਰ ਲੋਕ ਮੇਲੇ ਕਰਦੇ ਨੇ ਅਤੇ ਇੱਥੇ ਦੇਸ਼ ਵਿਚ ਰਹਿੰਦੇ ਨੇ ਸਾਡੇ ਨਾਲ ਇਕਰਾਰ ਕਰ ਲਓ ਸਾਡੇ ਕੋਲ ਮੇਲੇ ਦਾ ਜਿਹੜਾ ਤੁਸੀਂ ਭੰਡਾਰ ਕਰਨਾ ਹੈ ਕਰ ਲਓ ਤੇ ਸਾਨੂੰ ਮੇਲਾ ਲਾਉਣ ਦੇ ਤੁਰਕਾਂ ਨੇ ਇਹ ਗੱਲ ਪ੍ਰਵਾਨ ਕਰ ਲਈ ਕਿਉਂਕਿ ਉਦੋਂ ਲੇਪਟੇ ਬਹੁਤ ਕਰਦੇ ਸੀ ਕਿਵੇਂ ਖਾਲਸੇ ਪੰਥ ਨੂੰ ਸਜਾ ਲਈਏ ਜਦੋਂ ਸਾਡੇ ਕੋਲ ਤੜਕੇ ਆਉਣ ਉਦੋਂ ਅਸੀਂ ਇਹਨਾਂ ਦਾ ਕਾਫਮਾ ਕਰੀਏ ਤੁਰਕਾਂ ਦੀ ਮਨਸ਼ਾ ਇਹ ਸੀਗੀ ਜੇਕਰ ਖਾਲਸੇ ਪੰਥ ਦਾ ਜੋ ਭਾਵ ਸੀ ਉਹਨਾਂ ਦੀ ਮਨਸ਼ਾ ਇਹ ਸੀ ਵੀ ਸੰਗਤ ਵਿਚ ਪ੍ਰਚਾਰ ਨਾ ਘੱਟ ਜਾਏ ਸੰਗਤ ਵਿਚ ਉਵੇਂ ਜਿਵੇਂ ਖਾਲਸੇ ਪੰਥ ਦਾ ਬੋਲਬਾਲਾ ਬਣਿਆ ਰਹੇ ਅਤੇ ਸੰਗਤਾਂ ਆਉਂਦੀਆਂ ਰਹਿਣ ਸਿੰਘ ਸਜਦੇ ਰਹਿਣ ਔਰ ਦੇਖ ਦੇਖ ਜਾਂਦੀ ਰਹੇ ਤੇ ਖਾਲਸੇ ਪੰਥ ਦਾ ਪ੍ਰਯੋਜਨ ਇਹ ਸੀਗਾ ਇਸ ਵਾਸਤੇ ਤੁਰਕੀ ਪੰਥ ਨੂੰ ਨਹੀਂ ਸਨ ਚਾਹੁੰਦੇ ਉਹ ਆਉਂਦੇ ਸਨ ਕਿਵੇਂ ਨੌ ਬਣਾਈਆਂ ਚਾਹੁੰਦੇ ਸੀ ਨਾ ਤਤਕਾਲਸੇ ਨੂੰ ਉਹ ਚਾਹੁੰਦੇ ਸਨ ਕਿਵੇਂ ਲੜ ਪਰ ਇਹ ਘਟਨ ਸਾਡਾ ਗੁਰਬਾਲਾ ਹੋਵੇ ਇਹ ਕਰਕੇ ਖਾਲਸਾ ਜੀ ਭਾਈ ਰਤਨ ਸਿੰਘ ਜੀ ਦੱਸਦੇ ਹਨ ਕਿ ਸਿੰਘਾਂ ਵਿਚ ਇਹ ਮਸ਼ਾ ਹੋ ਰਹੀ ਹੋ ਗਈ ਸਾਰੇ ਪਤਾ ਲੱਗ ਗਿਆ ਕਿ ਹੁਣ ਅੰਮ੍ਰਿਤਸਰ ਜਾਣ ਨੂੰ ਕੋਈ ਖਤਰਾ ਨਹੀਂ ਹੈ ਇਹ ਰਾਜ ਵਿਚ ਕਿਉਂਕਿ ਤੁਰਕੀ ਸਨ ਤੰਗ ਕਰਨ ਵਾਲੀ ਹਕੂਮਤ ਤੰਗ ਕਰਨ ਵਾਲੀ ਸੀ ਹਕੂਮਤ ਨਾਲ ਗਲਤ ਹੈ ਹੋ ਚੁੱਕੀ ਹੈ ਕਦਮ ਕੁਰਾਨ ਤੁਰਕਨ ਕਰੇ ਭਾਇਓ ਸਿੱਖਣ ਭਾਉ ਦੂਰ ਤੁਰਕਾਂ ਨੇ ਕੁਰਾਨ ਦੀ ਕਸਮ ਚੁੱਕੀ ਕਿ ਅਸੀਂ ਇਹਦੇ ਵਿਚ ਵਿਘਨ ਪਾਈਏ ਤਾਂ ਅਸੀਂ ਕੁਰਾਨ ਦੀ ਸਹੁੰ ਖਾਤੇ ਕਹਿੰਦੇ ਹਾਂ ਕਿ ਅਸੀਂ ਕੋਈ ਵਿਘਨ ਨਹੀਂ ਪਾਵਾਂਗੇ ਕੋਈ ਗਲਤੀ ਨਹੀਂ ਕਰਾਂਗੇ ਤੁਸੀਂ ਬੇਸ਼ੱਕ ਮੇਲਾ ਲਾਓ ਸਾਰੇ ਖਾਲਸੇ ਵਿਚ ਦੂਰ ਦੂਰ ਸੰਗਤਾਂ ਵਿਚ ਮਸ਼ਾ ਹੋ ਗਈ ਹੋਵੇ ਸਿੰਘਾਂ ਨਾਲ ਤੁਰਕਾਂ ਨੇ ਜਮ ਕਰ ਲਏ ਉਹ ਕਰਾਰ ਸਿੰਘਾਂ ਤੇ ਤੁਰਕਾਂ ਨੇ ਆਪਸ ਵਿਚ ਕਰਾਰਨਾਮਾ ਕਰ ਲਿਆ ਲਿਖ ਲਗਾਈ ਹੋ ਗਈ ਇਸ ਗੱਲ ਤੇ ਸੰਗਤ ਦੀ ਰਾਖੀ ਰੱਖੋ ਦੇਸ਼ ਤੁਰਕਾਂ ਲਿਖੇ ਇਸ਼ਤਿਹਾਰ ਕਿਉਂਕਿ ਗੱਲ ਤੈਅ ਹੋ ਗਈ ਸੀ ਨਾ ਵੀ ਸੰਗਤ ਆਉਣੀ ਦੂਰ ਦੂਰ ਤੋਂ ਰਾਜ ਕੋਈ ਤੁਹਾਡਾ ਥਾਣੇਦਾਰ ਕੋਈ ਸਰਕਾਰ ਕਿਸੇ ਸੰਗਤ ਨੂੰ ਤੰਗ ਨਾ ਕਰੇ ਤੇ ਸਾਡਾ ਤੁਹਾਡਾ ਫੈਸਲਾ ਤੈਅ ਇਸ ਕਰਕੇ ਉਨ੍ਹਾਂ ਨੂੰ ਇਹ ਰਾਖੀ ਦੀ ਮਾਮਲਾ ਦੇਣਾ ਤੇ ਉਹ ਕੋਈ ਸ਼ਾਨੀ ਨਹੀਂ ਸੀ ਖਾਲਸਾ ਕਰਦਾ ਵੀ ਅਸੀਂ ਰਾਖੀ ਕਰਾਂਗੇ ਕਰਤਾ ਹੋਣਾ ਹੀ ਅਕਸਰ ਇਸ ਵਾਸਤੇ ਤੁਰਕਾਂ ਨੇ ਜੋ ਸ਼ਰਤ ਕੀਤੀ ਸੀ ਉਸ ਉਦੇਸ਼ ਦੇਸ਼ ਵਿਚ ਸਭ ਸੰਗਤਾਂ ਨੂੰ ਸਭ ਥਾਣੇਦਾਰਾਂ ਨੂੰ ਇਸ਼ਤਿਹਾਰ ਭੇਜ ਦਿੱਤੇ ਗਏ ਕਿ ਭਾਈ ਆਹ ਕਰਾਰਨਾਮਾ ਲਿਖਿਆ ਗਿਆ ਸਰਕਾਰ ਨਾਲ ਹੁਣ ਸੰਗਤ ਦੀ ਰਾਖੀ ਕਰੋ ਤੁਸੀਂ ਕਿਸੇ ਸੰਗਤ ਨੂੰ ਕੋਈ ਟੁੱਟੇ ਮਾਰੇ ਨਾ ਤੰਗ ਨਾ ਕਰੇ ਕਿਉਂ ਸਾਰੇ ਮਸ਼ਹੂਰੀ ਹੋ ਗਈ ਸਭ ਭਾਈ ਤੁਰਕਾਂ ਲੱਗਿਓ ਨਿੱਜ ਥਾਣੇਦਾਰਾਂ ਤੁਰਕਾਂ ਨੇ ਆਪਣੇ ਨਿੱਜੀ ਥਾਣੇਦਾਰਾਂ ਨੂੰ ਜਿੱਥੇ ਜਿੱਥੇ ਥਾਣੇ ਸਨ ਵੀ ਸਭ ਨੂੰ ਲਿਖ ਦਿੱਤਾ ਇਹਨਾਂ ਦੰਗੋ ਤਾਂ ਸੰਗਤ ਵਾਰਨਾ ਨਹੀਂ ਹੋਵੇ ਤੇ ਕਿਤੇ ਦੰਗਾ ਨਾ ਹੋਵੇ ਕਿਤੇ ਝਗੜਾ ਨਾ ਹੋਵੇ ਸੰਗਤ ਨਾਲ ਅੰਮ੍ਰਿਤਸਰਨ ਤੇ ਉਹ ਪਹੁੰਚਾਏ ਕਰਕੇ ਹਮਾਇਸ਼ਤ ਕਰਕੇ ਸੰਗਤ ਨੂੰ ਜਿਹੜੀ ਆਵੇਦ ਨੂੰ ਅੰਮ੍ਰਿਤਸਰ ਪਹੁੰਚਦੀ ਕਰ ਦੇਣੀ ਹੈ
ਕੋਈ ਰਾਹ ਚ ਛਿੜਕਾਈ ਨਾ ਹੋਵੇ ਰਸਤੇ ਚ ਨਦੀ ਫਸ਼ਟ ਕਰੋ ਕੋਈ ਲਟੇਰਾ ਕੋਈ ਸ਼ਰਾਰਤੀ ਬੰਦਾ ਸੰਗਤ ਨਾਲ ਰੌਲਾ ਨਾ ਕਰੇ ਤੁਹਾਨੂੰ ਕਹਿੰਦੇ ਨੇ ਰੁਪਈਏ ਨੂੰ ਕਹਿੰਦੇ ਨੇ 10,000 ਰੁਪਈਆ ਨਿਕਲਿਆ ਪਰ ਦੇਣਾ ਤਾਂ ਮੇਲਾ ਲੱਗੇਗਾ ਮੇਲੇ ਦੀ ਪੜਤੀ ਵਿਚੋਂ ਅਸੀਂ 10,000 ਤੁਹਾਨੂੰ ਦੇਵਾਂਗੇ ਲਿਖਤ ਹੋ ਗਈ ਮੇਲਾ ਰਹੇ ਖੁੱਲਾ ਸੰਗਤ ਦੀ ਹਫਾਜ਼ ਤੁਹਾਂ ਰੱਖਣੀ ਹੋਵੇਗੀ ਰਾਖੀ ਰੱਖਣੀ ਹੋਵੇਗੀ ਸੋਠਾ ਖੜੇ ਸਿਗਨ ਚ ਤਾਰ ਜਾਓ ਤੇ ਸੰਸੋ ਗਏ ਖਬਰਾਂ ਸਾਰੇ ਪਹੁੰਚ ਗਈਆਂ ਸੰਗਤ ਵਿਚ ਤਾਂ ਗੁਰਸਿੱਖਾਂ ਨੇ ਮੇਲਾ ਵੇਖਣ ਦੀ ਠਾਣ ਲਈ ਤੇ ਜ਼ਰੂਰ ਚੱਲਣਾ ਹੈ ਵੀ 10 ਦਿਨ ਮੇਲਾ ਰਹਿਣਾ ਹੈ ਸੰਗਤ ਦੇ ਦਰਸ਼ਨ ਦੀਦਾਰ ਕਰਾਂਗੇ ਸੰਗਤ ਨੇ ਪੱਕੀ ਧਾਰਨਾ ਕਰ ਲਈ ਮਨ ਦੇ ਵਿਚ ਮਹਾਰਾਜ ਸਤਿਗੁਰ ਦੁਆਰ ਜੀਵਨ ਤੇ ਮਰਨ ਨੂੰ ਧਨੋ ਜਿਹੜਾ ਖਤਰਾ ਸੀ ਵੀ ਰਾਜ ਤੁਰ ਫੜ ਕੇ ਮਾਰ ਦੇਣਗੇ ਤਾਂ ਸੰਗਤ ਨੇ ਇਹ ਦ੍ਰਿੜ ਕਰ ਲਿਆ ਵੀ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਜੇ ਮਰਾਂਗੇ ਤੇ ਗੁਰਦੁਆਰੇ ਮਰਾਂਗੇ ਤੇ ਜੀਵਨ ਤੋਂ ਇਹ ਬਿਹਤਰ ਹੈ ਵੀ ਮਰੀਏ ਤੇ ਹਰ ਕੇ ਦੁਆਰ ਮਤ ਹਰ ਪੁੱਛਿਆ ਕੌਣ ਹੈ ਪਰ ਹਮਾਰੇ ਪਾ ਤਾਂ ਸੰਗਤ ਨੇ ਇਸ ਗੱਲ ਨੂੰ ਦ੍ਰਿੜ ਕਰਕੇ ਤਿਆਰੀ ਕਰ ਲਈ ਆਉਣ ਦੇ ਲਈ ਹਾਂ ਭਾਈ ਤਾਂ ਸਿੱਖ ਸੰਗਤ ਬਹੁਤ ਚੱਲ ਆਏ ਸਿੱਖ ਜਨਤਾ ਇਕੱਤਰ ਹੋ ਕੇ ਚੱਲ ਪਈਆਂ ਦਾਨ ਚੜਾਵੇ ਬਹੁਤ ਚੜਾਏ ਆਪਣੀ ਸ਼ਰਧਾ ਸੰਗਤਾਂ ਕੋਲ ਜੋ ਸੰਗਤ ਪੱਤਰ ਕੀਤੀ ਹੋਈ ਸੀਗੀ ਬਹੁਤ ਸਾਰਾ ਚੜਾਵਾ ਆ ਕੇ ਚੜਾਇਆ ਹਰਿਮੰਦਰ ਵਿਚ ਸਰਬ ਬਹੁਤ ਸੋ ਚੜ੍ਹਤੀ ਕਰੀ ਬਹੁਤਾ ਧਨ ਚੜਿਆ ਆਇਆ ਕਿ ਢੇਰ ਬਾਹਰ ਲੱਗ ਗਿਆ ਇਹ ਤੁਰਕਣ ਬਾਬਾ ਕੀ ਧਰੀ ਯਕੀਨ ਕਰਕੇ ਧਨ ਜਿਹੜਾ ਸੀ 10,000 ਤੁਰਕਣ ਦੇ ਦਿੱਤਾ ਕਰਦੇ ਪੰਥ ਨੇ ਤੇ ਬਹੁ ਬਾਕੀ ਧਰੀ ਬਹੁਤ ਸਾਰਾ ਖਜ਼ਾਨਾ ਫਿਰ ਜਮ੍ਹਾਂ ਹੋ ਗਿਆ ਜੋ ਚਿੱਤ ਚੜਾਵੇ ਦਾ ਸੀ ਉਹ ਖਜ਼ਾਨੇ ਵਿਚ ਪਾ ਲਿਆ ਜਮ੍ਹਾਂ ਕਰ ਲਿਆ ਬੇਗਮਦਈਆਂ ਜਲਦੀ ਆਵੇ ਇਹ ਜਦੋਂ ਕਰਦੇ ਕੀ ਚੜ ਚੜਾਵਾ ਬਹੁਤ ਸਿੰਘਾਂ ਨੂੰ ਆ ਗਿਆ ਕਰ ਦੇ ਪੰਥ ਨੂੰ ਤੇ ਬੰਦਈ ਜੋ ਆਪਣਾ ਪੰਥ ਪੱਤਰ ਹੋਏ ਸਨ ਉਹਨਾਂ ਨੂੰ ਜਲਦੀ ਆਵੇ ਉਹਨਾਂ ਦੇ ਅੰਦਰ ਧੁੱਪ ਧੁੱਪ ਹੀ ਹੋ ਗਈ ਵੀ ਆਹ ਸਾਰਾ ਪੈਸਾ ਇਹਨਾਂ ਨੂੰ ਮਿਲ ਗਿਆ ਇਹ ਤਾਂ ਬਹੁਤ ਚਾਹੀਦਾ ਚੜਾਵਾ ਬਈ ਤੇ ਆਪਾਂ ਰਹਿ ਗਏ ਖਾਲੀ ਕਿਉਂ ਵਿਚਾਰ ਲੱਗੇ ਕਰਨ ਲੱਗੇ ਮੰਗਣ ਕਰ ਚੜ੍ਹਦੀ ਦਾਵੇ ਅਸੀਂ ਚੜ੍ਹਦੀ ਦਾ ਦਾਵਾ ਕੀਤਾ ਤੇ ਲੱਗੇ ਮੰਗਣ ਕਿ ਸਾਡੀ ਸੰਗਤ ਬਹੁਤ ਆਈ ਹੈ ਬੰਦਈਆਂ ਦੀ ਉਹਨਾਂ ਵੀ ਚੜਾਵੇ ਚੜਾਏ ਨੇ ਜਿਸ ਕਾਰਨ ਤੇ ਕਹੋ ਖਾਲਸੇ ਤੁਮ ਦਾਵੋ ਕਾਹੇ ਭਾਰਤੀ ਨੇ ਕਹੋ ਤੁਹਾਡਾ ਕਾਹਦਾ ਦਾਵਾ ਚੜ੍ਹ ਚੜਾਵੇ ਚ ਤੁਹਾਡਾ ਹਿੱਸਾ ਕਾਹਦਾ ਤੁਸੀਂ ਕਿਵੇਂ ਮੰਗਦੇ ਹੋ ਕਿਹੜੇ ਮੁੰਡਾ ਮੰਗਦੇ ਹੋ ਹਾਂ ਤੂੰ ਮੇਲ ਕਿਉਂ ਕੋ ਨਾ ਮੇਲ ਰੱਖਿਆ ਸਾਡੇ ਨਾਲ ਕੋਈ ਸਾਡਾ ਤੁਹਾਡਾ ਸੁਲਾ ਨਾ ਮਾਰਿਆ ਜੇ ਤਾਂ ਉਹਦੇ ਵੱਖਰੇ ਹੋ ਗਏ ਜੇ ਤੁਹਾਨੂੰ ਵੱਖਰੇ ਹੋ ਗਏ ਤੁਸੀਂ ਸਾਡੇ ਨਾਲ ਵੱਖਰੇ ਹੋ ਗਏ ਸਾਡਾ ਤੁਹਾਡਾ ਤਾਂ ਮੇਲ ਹੀ ਕੋਈ ਨਹੀਂ ਫਤਿਹ ਦਰਸ ਨੇ ਹਮ ਗੁਰ ਕਹਿ ਫਤਿਹ ਦਰਸ਼ਨ ਜੀ ਕਾ ਖਾਲਸਾ ਦਰਸ਼ਨ ਜੀ ਕੀ ਫਤਿਹ ਸਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤੁਹਾਡੀ ਫਤਿਹ ਨਹੀਂ ਰਲਦੀ ਇਹ ਤੁਹਾਡਾ ਸਾਰਾ ਕਦਮ ਮੇਲ ਰਹਿ ਗਿਆ ਤੁਹਾਨੂੰ ਬਿਸ਼ਨੋਈ ਹਮ ਚਾਰ ਵਰਨ ਮਤੇ ਬਿਸ਼ਨੋਈ ਵਿਸ਼ਨੂ ਅਸੀਂ ਚਾਰ ਵਰਨ ਅੰਦਰੇ ਚੱਕਣ ਵਾਲੇ ਹਾਂ ਤੁਹਾਡਾ ਸਾਡਾ ਕਦਮ ਮੇਲ ਹੈ ਸੁਖੋ ਪੈਰੋਂ ਹਮਲਾਵੇ ਨਾ ਅੰਗਾ ਤੁਸੀਂ ਅਸੂਹਾ ਸਮਰਾ ਪਹਿਣਦੇ ਹੋ ਸੂਹੇ ਰੰਗ ਦੇ ਬਸਤਰ ਪਾ ਲਏ ਨੇ ਅਸੀਂ ਤਾਂ ਅੰਗ ਨਾਲ ਨਹੀਂ ਲਾਉਂਦੇ ਸਾਨੂੰ ਤਾਂ ਮਨਾ ਕੀਤਾ ਦਰਦ ਨੇ ਪੈਰੇ ਸੁਰਮਈ ਤੁਮ ਰਹੋ ਸੰਗ ਜਦੋਂ ਸੁਰਮਈ ਪਾਣੀ ਪਹਿਨਦੇ ਹਾਂ ਜੇ ਤੁਸੀਂ ਸੰਗਦੇ ਹੋ ਤੁਹਾਨੂੰ ਇਹ ਤੁਹਾਡਾ ਹੁੰਦਾ ਹੁਣ ਨਹੀਂ ਅੰਮ੍ਰਿਤਸਰ ਤੁਮ ਕਹੂੰ ਖਾਏ ਫਿਰ ਤੁਹਾਡੀ ਇੱਥੇ ਕਿਹੜੀ ਜਗ੍ਹਾ ਹੈ ਕੀ ਬਦਈਆਂ ਨੇ ਇੱਥੇ ਕੀਤਾ ਸਾਡੇ ਗੁਰੂਆਂ ਦੇ ਸਥਾਨ ਨੇ ਗੁਰੂ ਸਾਹਿਬ ਨੇ ਇੱਥੇ ਜੋਜ ਰੱਖੇ ਨੇ ਇੱਥੇ ਗੁਰੂ ਸਾਹਿਬ ਦੇ ਆਸਣ ਰੱਖੇ ਨੇ ਉਹਨਾਂ ਦੀ ਪੂਜਨੀ ਇੱਕ ਜਗ੍ਹਾ ਹੈ ਸਾਡੀ ਬਦਈਆਂ ਦੀ ਕਿੱਥੇ ਹੈ ਬਿੰਦੇ ਬਾਦਲ ਦਾ ਕੀ ਹੈ ਇੱਥੇ ਦੱਸੋ ਮੈਂ ਉਹ ਚੜਾਵੋ ਅੱਗੇ ਤੁਸਾਂ ਦੂਸਰੇ ਵੀ ਅੱਗੇ ਕਦੇ ਚੜ੍ਹ ਚੜਾਵੇ ਨੇ ਤੁਹਾਨੂੰ ਮਿਲਿਆ ਇੱਥੋਂ ਕੋਈ ਹਿੱਸਾ ਉਦੋਂ ਬਦਈਆਂ ਚਿੱਤ ਬੰਦ ਕਰ ਬਦਈਆਂ ਨੂੰ ਬੜਾ ਅਹੰਕਾਰ ਸੀ ਆਪਣੇ ਮਨ ਵਿੱਚ ਬਣੂਗ ਬੰਦੇ ਕੀ ਸੰਗਤ ਸਰਵ ਜਦੋਂ ਅਸੀਂ ਇੱਥੇ ਆਪਦਾ ਪੰਥ ਪੱਤਰ ਕਰਾਂਗੇ ਤੇ ਬਹੁਤ ਸਾਰੇ ਸਾਡੇ ਚ ਰਲ ਜਾਣਗੇ ਕਿਉਂਕਿ ਬੰਦੇ ਬਹਾਦਰ ਨੇ ਬਹੁਤ ਸਾਰਿਆਂ ਨੂੰ ਕਰਾਮਾਤਾਂ ਸਿਖਾਈਆਂ ਸੀ ਕਈਆਂ ਨੂੰ ਉੱਡਣ ਦੀ ਸ਼ਕਤੀ ਦਿੱਤੀ ਹੋਈ ਸੀ ਕਈ ਤਰ੍ਹਾਂ ਦੀ ਹੱਥ ਦੇ ਸਰਵ ਜਮਾ ਕੇ ਮੰਤਰ ਜੰਤਰ ਨਾਲ ਬਹੁਤ ਕੁਝ ਕਰਨ ਸਿੱਖ ਗਏ ਸਨ ਇਸ ਵਾਸਤੇ ਉਹ ਇਸ ਚੀਜ਼ ਦਾ ਅਹੰਕਾਰ ਕਰਦੇ ਸੀ ਕਿ ਸਾਡੀ ਸੰਗਤ ਜ਼ਿਆਦੇ ਹੋ ਜਾਣੀ ਅਸੀਂ ਲੋਕਾਂ ਦੇ ਕਾਰਜ ਕਰਾਂਗੇ ਉਹਨਾਂ ਨੂੰ ਵਰਸ ਰੱਖ ਦੇਵਾਂਗੇ ਕਿਉਂ ਕਰਕੇ ਸਾਡੀ ਬਹੁਤੀ ਸੰਗਤ ਜੁੜ ਜਾਏਗੀ ਤੇ ਖਾਲਸੇ ਚ ਰਲਣਾ ਨਹੀਂ ਕਿਸੇ ਨੇ ਕਿਉਂ ਉਹਨਾਂ ਦੇ ਮਨ ਬਹੁਤ ਅਹੰਕਾਰ ਸੀਗਾ ਸਤਿਗੁਰ ਦੇਖ ਬੰਦੇ ਕਰਾ ਮਾਰ
ਮੂਰਖਾ ਦੀ ਰਜਾ ਸਾਡੇ ਸਾਹਮਣੇ ਸਮਝਿਆ ਮੂਰਖ ਪੰਥ ਕੀ ਔਖਾ ਦਾ ਮੂਰਖ ਆਦਮੀ ਸਨ ਸਾਰੇ ਭਾਈ ਸਾਹਿਬ ਜੀ ਕਹਿੰਦੇ ਸਮਝੇ ਨੀ ਗੱਲ ਜੇ ਗੁਰੂ ਸਾਹਿਬ ਨੇ ਜਿਹੜਾ ਪੰਥ ਖੜਾ ਕਰਤਾ ਹੈ ਪੰਥ ਸਾਜ ਗਏ ਨੇ ਆਪਣੀ ਜਗ੍ਹਾ ਉੱਤੇ ਪੰਥ ਨੂੰ ਕਲਗੀਆਂ ਤੋੜੇ ਦੇ ਕੇ ਗੁਰਗੱਦੀ ਦੇ ਉੱਤੇ ਖਾਲਸਾ ਪੰਥ ਗੁਰੂ ਖਾਲਸਾ ਪੰਥ ਜਿਸਦਾ ਨਾਮ ਅਵਰੰਗੇ ਨੇ ਖਾਲਸੇ ਤੇ ਮੇਰੇ ਚ ਭੇਦ ਕੋਈ ਨੀ ਦੱਸ ਗਏ ਹਨ ਤੇ ਫਿਰ ਇਹਨਾਂ ਨੂੰ ਪਤਾ ਨੀ ਲੱਗਿਆ ਨਾਮੇ ਭਾਈ ਸਭ ਗੁਰ ਕਲਾ ਸਤਿਗੁਰਾਂ ਨੇ ਸਾਰੀ ਕਲਾ ਹੀ ਪੰਥ ਖਾਲਸੇ ਵਿਚ ਰੱਖੀ ਹੈ ਕੁਛ ਛਪਾ ਕੇ ਨੀ ਰੱਖਿਆ ਬਾਹਰ ਕੋਈ ਚੀਜ਼ ਨੀ ਰੱਖੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਾ ਨੂੰ ਨਹੀਂ ਜਾਣਦੇ ਵੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਵਸਤੂ ਜਗਤ ਮੈਂ ਨਾ ਹੀ ਜੋ ਮੈਂ ਦੇ ਖਾਲਸੇ ਨਾ ਅਜੇ ਤੱਕ ਵਸਤੂ ਨੀ ਜਿਹੜੀ ਖਾਲਸੇ ਪੰਥ ਨੂੰ ਨਾ ਸਤਿਗੁਰੂ ਦੇ ਗਏ ਹੋਣ ਉਸ ਵਾਸਤੇ ਇਹ ਝੂਠੇ ਦਾਅਵੇ ਲੱਗੇ ਹਨ ਕਰਨ ਮੋਰਾ ਸਾਹਿਬਾ ਉਨਕੇ ਨਾ ਪੁੱਜੀ ਭਾਈ ਦੂਏ ਮੇਲੇ ਪਰ ਗੱਲ ਖਾਲਸੇ ਦੀ ਕਲਨਾ ਬਣ ਦਿੱਤੀ ਇਹਨਾਂ ਦੀ ਮੈਂ ਵੀ ਤੁਹਾਡਾ ਕੀ ਹੱਕ ਹੈ ਤੁਹਾਡੀ ਕਿਹੜੀ ਚੜ੍ਹਦੀ ਹੈ ਤੁਹਾਡਾ ਤੇ ਸਤਾਲ ਨੀ ਧਾਰਨ ਨੀ ਗੱਲ ਨੀ ਬਾਤ ਨੀ ਨਾ ਅੱਗੇ ਨਾ ਪਿੱਛੇ ਤੁਹਾਡਾ ਕੋਈ ਬਣਦਾ ਨੀ ਹੱਕ ਜੋ ਖਾਲਸੇ ਨੇ ਛਿੜਕ ਦਿੱਤੇ ਜਦ ਦਈਆਂ ਲੈ ਕੇ ਜਾਣਾ ਹੁਣ ਦੂਜੇ ਮੇਲੇ ਤੇ ਕਰਾਂਗੇ ਉਦੋਂ ਆਪਾਂ ਤਗੜੇ ਹੋ ਕੇ ਆਈਏ ਇਕੱਠੇ ਹੋ ਕੇ ਫਿਰ ਖਾਲਸੇ ਦੇ ਚੜਾਵਾ ਲਵਾਂਗੇ ਦੰਗੋ ਕਾਰਨ ਹੋਣ ਛੱਡਿਓ ਬਦਾਈ ਉਤਰੇ ਸੋ ਇੱਕ ਵੱਲ ਇਹਨਾਂ ਨੇ ਜੰਗ ਕਰਨ ਵਾਸਤੇ ਖਾਲਸੇ ਪੰਥ ਦੇ ਨਾਲ ਪਹਿਲਾਂ ਸਲਾਹ ਕਰ ਠਾਠ ਲਈ ਵੀ ਐਲਗੀ ਜੀ ਲੜਾਈ ਕਰਨੀ ਪਈ ਤੇ ਕਰਕੇ ਆਪਾਂ ਹਿੱਸਾ ਜ਼ਰੂਰ ਲੈਣਾ ਹੈ ਇਸ ਵਾਸਤੇ ਇੱਕ ਪਾਸੇ ਉਤਰੇ ਸਾਰੇ ਅੱਗੇ ਜੋੜ ਮੇਲੇ ਚ ਰਲ ਕੇ ਸਿੰਘਾਂ ਦੇ ਵਿੱਚ ਉੱਤਰ ਬੈਠੇ ਸਨ ਤਾਂ ਹੁਣ ਬਦਈਆਂ ਨੇ ਅਲੱਗ ਹੀ ਆਪਣਾ ਡੇਰਾ ਹੀ ਵੱਖਰਾ ਬੰਨਿਆ ਆਪੇ ਬੰਦਈਆਂ ਡੇਰਾ ਇੱਕ ਵਾਰ ਲਾਇਆ ਬੰਦਈਆਂ ਨੇ ਅੰਮ੍ਰਿਤਸਰ ਦੀ ਇੱਕ ਬਾਹੀ ਉੱਤੇ ਡੇਰਾ ਕਰ ਲਿਆ ਝੰਡਾ ਡੂੰਘਾ ਢਿਗ ਪਿਗਲ ਪਗਲਾਇਆ ਪਿਗਲ ਪਿਗਲਾਇਆ ਜਿੱਥੇ ਝੰਡਾ ਡੂੰਘਾ ਹੈ ਨਿਸ਼ਾਨ ਸਾਹਿਬ ਭੁਗੇ ਦਾ ਇਸ ਬਾਹੀ ਉੱਤੇ ਆ ਕੇ ਉਹਨਾਂ ਨੇ ਵਗਲਾ ਮਾਰ ਲਿਆ ਭਾਵ ਵਾੜਾ ਵੂੜਾ ਕੱਢ ਕੇ ਆਪਣਾ ਡੇਰਾ ਵੱਖਰਾ ਕਰ ਲਿਆ ਕਿੱਧਰ ਆਉਣੀ ਕਿਤੇ ਬਾਹਰ ਕਢਵਾਈ ਰੋਣੀ ਰੋਣੀ ਕਹਿੰਦੇ ਖਾਈ ਕਿਤੇ ਕਿਤੇ ਜਿੱਥੇ ਉਤਰੇ ਨੇ ਜਾ ਕੇ ਉੱਥੇ ਪਿੱਤੇ ਤੇ ਖਾਈਆਂ ਮੋਰਚਾਬੰਦੀ ਕਰ ਲਈ ਜਾਣੀ ਚਾਰ ਚਵੇਰੇ ਖਾਈ ਅਜਲੀ ਵੀ ਅੱਲਾ ਨਾ ਸਿੰਘਾਂ ਦਾ ਹੋ ਜਾਏ ਸਾਡੇ ਤੇ ਅਸੀਂ ਕਿਸੇ ਪਾਸੇ ਵਾੜ ਕੱਢ ਲਈ ਦਰਸ਼ਨੀ ਦਰਵਾਜ਼ੇ ਕੀ ਦਵਾਈ ਦਰਸ਼ਨੀ ਦਰਵਾਜ਼ੇ ਦੀ ਬਾਈ ਦੱਬ ਕੇ ਉਸ ਪਾਸੇ ਕਿਉਂਕਿ ਹਰਿਮੰਦਰ ਸਾਹਿਬ ਦੇ ਅੰਦਰ ਗੇਟ ਅੰਦਰ ਦਾ ਅਕਾਲ ਤਖ਼ਤ ਦੇ ਸਾਹਮਣਾ ਜਿਹੜਾ ਹੈ ਇਹਨੂੰ ਦਰਸ਼ਨੀ ਦੁਆਰ ਦਰਵਾਜ਼ਾ ਕਹਿੰਦੇ ਇਸ ਪਾਸੇ ਦੀ ਬਾਈ ਝੰਡੇ ਕੁੰਭ ਵਾਲੀ ਬਾਈ ਜਿਹੜੀ ਹੈ ਇਹ ਦੱਬ ਕੇ ਬੈਠ ਗਏ ਜਿੱਧਰ ਬਾਬੇ ਬੁੱਢੇ ਦੀ ਪੇਰ ਹੈ ਇਸ ਤਰ੍ਹਾਂ ਡੇਰਾ ਲਾ ਲਿਆ ਇਹਨਾਂ ਨੇ ਛੱਪੜ ਤੇ ਛੱਪੜ ਬਣਾ ਲਏ ਆਪਣੇ ਧੁੱਪ ਧੱਪ ਤੋਂ ਛੱਪੜ ਬਣਾ ਕੇ ਮੀਂਹ ਪਣੀ ਤੋਂ ਤੈਂ ਡੇਰੇ ਬੰਨ ਲਏ ਜੱਥਿਆਂ ਵਿੱਚ ਰਾਏ ਬੰਦੇਈ ਆਏ ਕਰ ਫੰਨ ਅਤੇ ਬੰਦਈਆਂ ਨੇ ਫੰਨ ਬਣਾ ਕੇ ਆਪਣਾ ਇੱਕ ਪਾਸੇ ਕਿਸੇ ਨੇ ਭਾਵ ਤੰਬੂ ਲਾ ਲਿਆ ਕਿਸੇ ਨੇ ਸ਼ਾਹੀਵਾਨ ਲਾ ਲਿਆ ਕਿਸੇ ਨੇ ਛੱਪੜ ਬੰਨ ਲਿਆ ਇਸ ਤਰ੍ਹਾਂ ਦਾ ਆਪਣਾ ਫਲ ਬਣਾ ਲਿਆ ਢੰਗ ਬਣਾ ਲਿਆ ਉਤਰਨ ਦਾ ਗੁਰਬਾਨ ਡੇਰੇ ਬੰਦਈਆਂ ਕਰੇ ਅਤੇ ਇਸ ਵਾਸਤੇ ਇੱਕ ਜਿੱਧਰ ਬੰਦਈ ਉਤਰੇ ਤਾਂ ਗਿਆ ਕਿ ਉਸ ਪਾਸੇ ਡੇਰੇ ਕਰ ਲਏ ਕਿਉਂਕਿ ਬੰਦਈ ਵੀ ਉਦੋਂ ਥੋੜੇ ਜਿਹੇ ਚੱਕਰਵਰਤੀ ਤੁਰਨ ਲੱਗ ਪਏ ਸੀ ਫਿਰ ਤੁਰ ਕੇ ਗੁਜ਼ਾਰਾ ਕਰਦੇ ਜਿਹੜੇ ਜਥੇਬੰਦ ਸੀਗੇ ਜਿਹੜੇ ਨਗਰਾਂ ਚ ਰਹਿੰਦੇ ਸਨ ਜਿਵੇਂ ਹੁਣ ਸਿੰਘ ਰਹਿੰਦੇ ਨਗਰਾਂ ਚ ਉਹ ਅੱਗੇ ਉਦੋਂ ਵੀ ਰਹਿੰਦੇ ਸਨਗੇ ਰਾਏ ਜੋ ਉਹਨਾਂ ਮਾਰ ਲਏ ਅਤੇ ਜਿਹੜੇ ਉਧਰ ਜਾਂਦੇ ਉਹਦੇ ਵਿੱਚ ਲੜਦੇ ਉਹਨਾਂ ਨੂੰ ਲਾ ਲਏ ਆਜੋ ਇਹ ਪੰਥ ਚ ਬੜੀਆਂ ਕਰਾਮਾਤਾਂ ਬੁੱਢਾ ਬਾਜਦੇ ਸਭ ਇਹਨਾਂ ਨੂੰ ਗੁਰੂ ਸਾਹਿਬ ਵੀ ਬੰਦੇ ਨੂੰ ਦੇ ਗਏ ਨੇ ਸਭ ਕੁਛ ਆਓ ਹੁਣ ਇੱਧਰ ਰਹੋ ਸਾਡੇ ਨਾਲ ਬਹੁਤ ਸਾਰੇ ਨਵੇਂ ਸਿੱਖਾਂ ਨੂੰ ਨਾਲ ਲਾ ਲਿਆ ਬੰਦਈ ਸੰਗਤ ਜੋ ਵਧਤੀ ਭਈ ਜੋ ਜੋ ਬੰਦਈਆਂ ਦੀ ਸੰਗਤ ਵਧੀ ਬਹੁਤ ਸਾਰੇ ਰਲ ਗਏ ਆ ਕੇ ਨਵੇਂ ਸਿੱਖ ਬਣ ਗਏ ਕਰਾਮਾਤ ਬੰਦਿਓ ਲਈ ਬਹੁਤ ਬੰਦੇ ਜੋ ਕਰਾਮਾਤ ਲਈ ਸੀ ਜਿਹੜੇ ਇਹਨਾਂ ਦੇ ਜ਼ਿੰਮੇਵਾਰ ਬੰਦੇ ਸਨਗੇ ਜਿਹੜੇ ਆਗੂ ਬਣੇ ਸਨ ਉਹ ਕਰਾਮਾਤਾਂ ਵਿਖਾਉਂਦੇ ਸਨ ਸੰਗਤ ਨੂੰ ਦੁਨੀਆਂ ਹੋਏ ਸਿੱਖ ਪ੍ਰਯੋਜਨ ਕਾਰਕ ਇਸ ਦੁਨੀਆਂ ਤੇ ਪ੍ਰਯੋਜਨ ਕਰ ਹੁਣ ਨੀ ਦੇਖਦੇ ਵੀ ਪਰਚਾ ਰੱਖਾਂਗੇ ਪਾਣੀ ਧਾਣੀ ਲਾਉਣ ਨੂੰ ਮੌਜ ਲੈਂਦੀ ਕਈ ਐਂ ਬਣੇ ਹੋਏ ਨੇ ਕਈਆਂ ਨੇ ਬਣਾਇਆ ਗੱਡੀ ਮੋਟਰ ਚੜ੍ਹਨਾ ਹੋਵੇ ਤੇ ਟਿਕਟ ਦੀ ਕੋਈ ਤਾਂ ਨਹੀਂ ਤੇ ਚਾਰ ਪਾਏ ਨੇ ਵੀ ਚਲਾਉਣਾ ਇੰਟਰਨੈਟ ਤੇ ਕਈਆਂ ਨੇ ਇਸ ਪ੍ਰਯੋਜਨ ਤੇ ਦੁਨੀਆਂ ਤੇ ਕਈ ਘੱਟ ਹੈ ਠੱਗੀਆਂ ਮਾਰਦੇ ਨੇ ਵੀ ਚਲੋ ਸਮੇਂ ਪਰਵਾਈ ਮੇਲਾ ਕਮਾ ਲਿਆਵਾਂਗੇ ਨਾ ਇੱਕ ਟਿਕਟਾਂ ਪੁੱਛੇਗਾ ਤੇ ਉਹ ਭਾਈ ਸਾਹਿਬ ਜੀ ਕਹਿੰਦੇ ਨੇ ਪ੍ਰਯੋਜਨ ਕਾਰਨ ਸਿੱਖ ਬਣਦੇ ਨੇ ਲੋਕ ਆ ਕੇ ਵੀ ਸਿੱਖੀ ਦਾ ਧਾਰਨ ਵਾਲਾ ਕੋਈ ਹੁੰਦਾ ਵਿਰਲੇ ਵਾਲ
ਜੀ ਹਨ ਜਿਹੜੇ ਗੁਰੂ ਤੋਂ ਸਿੱਖੀ ਲੈਣ ਵਾਸਤੇ ਆਉਂਦੇ ਨੇ, ਗੁਰਸਿੱਖ ਨੂੰ ਜਾਂ ਪੰਥ ਨੂੰ ਮੰਨਦੇ ਨੇ, ਇਸ ਤਰ੍ਹਾਂ ਕਰਕੇ ਬਹੁਤੇ ਤਾਂ ਆਪਣੇ ਲਾਲਚ ਕਰਕੇ ਆਉਂਦੇ ਨੇ। ਗੁਰੂ ਕਰੋ ਹੈ ਪ੍ਰਯੋਜਨ ਸਾਰ ਕਾ, ਗੁਰੂ ਤਾਂ ਕਰਦੇ ਜੀ ਉਹਨਾਂ ਦਾ ਪ੍ਰਯੋਜਨ ਸਰੇ, ਉਹਨਾਂ ਦਾ ਕੰਮ ਸਰਦਾ ਹੋਵੇ, ਕੋਈ ਉਹਨਾਂ ਦਾ ਕੰਮ ਸਿੱਧ ਕਰੋ ਤੇ ਫਿਰ ਲੋਕ ਮੰਨਦੇ ਆ। ਕਾਹਨੂੰ ਲੋਕ ਮੰਨਦੇ ਨੇ? ਲੋਕ ਤੇ ਆਪਣਾ ਸਾਰੇ ਪਿੱਟਣਾ ਪਿੱਟਦੇ ਨੇ। ਕੋਈ ਕੋਈ ਵਿਰਲਾ ਹੈ ਜਿਹੜਾ ਗੁਰੂ ਦੀ ਮਰਿਆਦਾ ਨੂੰ, ਗੁਰੂ ਦੀ ਰਹਿਤ ਨੂੰ ਮੰਨਦਾ ਹੋਵੇ। ਸਭ ਆਪੋ ਆਪਣੇ ਢੰਗ ਵੰਗ ਤੇ ਚੱਲਦੀ ਦੁਨੀਆਂ, ਬਹੁਤ ਸੰਗਤ ਬੰਦੇ ਕੀ ਭਏ। ਇਸ ਵਾਸਤੇ ਜਿਨ੍ਹਾਂ ਦੇ ਪ੍ਰਯੋਜਨ ਸਨ, ਜਿਨ੍ਹਾਂ ਨੂੰ ਕੋਈ ਕਰਾਮਾਤੀ ਮੰਤਰ ਜੰਤਰ ਤੋਂ ਫਾਇਦਾ ਉਠਾਉਣਾ ਸੀ, ਉਹ ਬਹੁਤ ਸਾਰੇ ਆ ਕੇ ਬੰਦਈਆਂ ਚ ਰਲ ਗਏ। ਅਨੇਕ ਬੰਦਈਆਂ ਨਜ਼ਰ ਖੁੱਲ ਗਏ, ਬੰਦਈਆਂ ਨੇ ਵੇਖੋ ਸਾਡਾ ਤਾਂ ਕਾਠੀ ਭਾਰਾ ਹੋ ਗਿਆ। ਇਹ ਨਹੀਂ ਪਤਾ ਵੀ ਤਾਂ ਚਿੜੀਆਂ ਕਬੂਤਰ ਆ ਗਏ ਨੇ, ਜਦੋਂ ਕਾਸੇ ਨੇ ਮਾਰਿਆ ਲਲਕਾਰਿਆ ਤੇ ਉੱਡੀਆਂ ਨੇ, ਸਾਰੇ ਕਿਤੇ ਖੜਨਾ ਨੀ ਪੈਂਦੇ ਨੇ। ਇਹ ਨਹੀਂ ਸੀ ਪਤਾ ਇਸ ਗੱਲ ਦਾ ਵੀ ਉਧਰ ਪੱਕਾ ਪੰਥ ਹੈ, ਉਹਨਾਂ ਦੇ ਜਿੱਥੇ ਪੈਰ ਕੱਢਦੇ ਹਲਣਾ ਹੀ ਨਹੀਂ, ਜਿਹੜੀ ਅਰਦਾਸ ਕਰ ਲਈ ਉਧਰ ਟਲਣਾ ਹੀ ਨਹੀਂ। ਇਹ ਵਿਚਾਰੇ ਅਜੇ ਨਵਾਂ ਰੰਗ ਵੇਖਣ ਵਾਲੇ ਨੇ ਵੀ ਚਲੋ ਇੱਧਰ ਰਾਜੀ ਕਾਰਜ ਤਾਂ ਬਣ ਜਾਏਗਾ, ਅਸੀਂ ਕੋਈ ਨਾ ਕੋਈ ਲਾਇਕ ਤੇ ਕਰ ਲੈਣਾ। ਚਲੋ ਇਸ ਤਰ੍ਹਾਂ ਦੇ ਲੋਕ ਸਨ ਗਏ, ਅੱਜ ਵੀ ਇਸੇ ਤਰ੍ਹਾਂ ਹੀ ਹੈ ਖਾਲਸਾ ਜੀ। ਕਈ ਪ੍ਰਯੋਜਨ ਲੈ ਕੇ ਲੋਕ ਆਉਂਦੇ ਨੇ, ਜੇ ਕਿਸੇ ਦਾ ਸਿੱਧ ਹੋ ਜਾਏ ਤੇ ਅਸੀਂ ਸਿੱਖਾਂ ਜੀ ਦੇ ਬੁੱਢੇ ਚੱਲਦੇ ਹਾਂ, ਤੇ ਜੇ ਪ੍ਰਯੋਜਨ ਅਸਿੱਧ ਹੁੰਦਾ ਹੋਵੇ ਤਾਂ ਫਿਰ ਅਸੀਂ ਉਦੋਂ ਚੱਲ ਕੇ ਅਸੀਂ ਕਾਣ ਸੁਣਨ ਲੜ ਜਾਂਦੇ ਹਾਂ, ਅਸੀਂ ਜੀਤ ਸੁਣਨ ਲੜ ਜਾਂਦੇ ਜਾ ਕੇ, ਉਹ ਸਾਡਾ ਕੰਮ ਕਰ ਦੂਗਾ। ਇਸ ਤਰ੍ਹਾਂ ਦੀ ਸਿੱਖ ਨੂੰ ਦੁਨੀਆਂ ਦਾ ਇਹ ਮੁੜ ਤੋਂ ਹੀ ਚਲਿਆ ਆਉਂਦਾ ਹੈ, ਰਵਾਇਤ ਚਲੀ ਆਉਂਦੀ ਹੈ। ਸੰਗਤ ਪੂਜਾ ਦੀ ਜਗ੍ਹਾ ਪਰ ਗਈ ਬੰਦਈਆਂ ਦੀ, ਸਾਡੀ ਸੰਗਤ ਮੋਤੀ ਹੋ ਗਈ ਹੈ। ਅਸੀਂ ਤਾਂ ਬਈ ਚੜਾਵਾ ਹੁਣ ਵੱਖਰਾ ਲਾਵਾਂਗੇ, ਅਸੀਂ ਵੱਖਰੀ ਸੰਗਤ ਪਜਾਵਾਂਗੇ ਆਪਦੇ, ਅਸੀਂ ਬਹਿ ਕੇ ਅਸੀਂ ਸਾਨੂੰ ਚੜਾਵਾ ਵੀ ਵੱਖਰੇ ਚੜੇਗਾ। ਸਿੱਖਾਂ ਕਹਿੰਦੇ ਤੁਸੀਂ ਉਧਰ ਨੀ ਜਾਣਾ, ਹਰਿਮੰਦਰ ਵੱਲੇ ਨੀ ਜਾਣਾ, ਇੱਧਰ ਆਓ ਜਿੱਥੇ ਸਾਡਾ ਜਥੇਦਾਰ ਬੈਠਾ ਮੰਤ ਬੈਠਾ ਉਹਨੂੰ ਚੜਾਵਾ ਚੜਾਓ। ਮੋਰਾ ਸਭ ਕਾਲ ਸਹਿਜੋ ਮਨ ਮਸੀਹ ਭੈ ਦੰਗੇ ਨੂੰ ਤਿਆਰ। ਰਾਜਾ ਨੇ ਪੂਰੇ ਸੁਣੇ ਦੰਗਿਆਂ ਦੇ ਤਾਂ ਖਾਲਸੇ ਪੰਥ ਨੇ ਮਨ ਚ ਮੱਥ ਲਈ ਪੱਕੀ ਕਰ ਲਈ ਦਲੀਲ ਵੀ ਹੁਣ ਦੰਗੇ ਨੂੰ ਤਿਆਰ ਹੈ। ਹੋਰ ਇਹਨਾਂ ਦੀ ਕੋਈ ਗੱਲ ਨੀ, ਲੜਨ ਵਾਸਤੇ ਆਏ ਨੇ। ਕਹਿ ਤੋ ਲੜੇ ਨੋ ਮਾਰੋ ਕਹਿ ਤੋ ਮਨ ਬਹੋ ਹਾਰ। ਜਿਵੇਂ ਲੱਗਿਆ ਵੀ ਹੁਣ ਖਾਲਸਾ ਜੀ ਦੋ ਹੀ ਗੱਲਾਂ, ਜਹ ਤੇ ਲੜ ਕੇ ਇਹਨਾਂ ਨੂੰ ਜਹ ਮਾਰ ਗਈ ਤਾਂ ਗੱਲ ਬਣਦੀ ਹੈ, ਤੇ ਨਹੀਂ ਫਿਰ ਮਨ ਹਾਰ ਕੇ ਬਹਿ ਜਾਓ ਜਿਵੇਂ ਕਰਨ ਕਰਨਗੇ। ਦੋ ਹੀ ਗੱਲਾਂ ਆਉਣਗੀਆਂ ਤਾਂ ਪਏ ਤਾਮ ਸਿਆਣ ਬਾਤ ਉਚਾਰੀ। ਜਦੋਂ ਇੱਥੋਂ ਤੋਂ ਹੀ ਗੱਲ ਬਣ ਗਈ ਵੀ ਜਾਂ ਤਾਂ ਲੜ ਮਰ ਗਈ ਇਹਨਾਂ ਦੇ ਨਾਲ, ਤੇ ਜਾਂ ਫਿਰ ਪਿਛਾਂ ਹਟ ਜਾਈਏ ਜਿਵੇਂ ਮਰਜ਼ੀ ਕਰਨ। ਤਾਂ ਸਿਆਣੇ ਸਿੰਘਾਂ ਨੇ ਇਹ ਗੁਰਮਤਾ ਦਿੱਤਾ ਵੀ ਸਿੰਘੋ ਇਉਂ ਨਾ ਕਰੀਏ, ਆਪਾਂ ਥੋੜਾ ਜਿਹਾ ਵਿਚਾਰ ਕਰ ਲਓ। ਗੰਜੀ ਤਗਈਆਰਾ ਜਾਓ ਜਿਤ ਧਾਰੇ, ਪਜੰਗੀ ਤਗਈਆਂ ਜਿਹੜੇ ਜਾਣਦੇ ਚੰਗਾ ਕਰਨ ਨੇ, ਜੰਗੀ ਭਾਵ ਨਿਹੰਗਾਂ ਨੂੰ ਕਹਿੰਦੇ ਨੇ। ਨਿਹੰਗ ਭਜੰਗ ਜਿਹੜੇ ਨੇ ਉਹਨਾਂ ਨੂੰ ਤਾਂ ਕੰਡਾ ਗੜਕਾਉਣਾ ਆਉਂਦਾ ਸੀਗਾ, ਉਹਨਾਂ ਨੇ ਮਨ ਮਿਥਲੇ ਵੀ ਹੁਣ ਇਹਨਾਂ ਨੂੰ ਚੰਗੀ ਭੇਟ ਕਰੀਏ ਤਾਂ ਗੱਲ ਬਣਦੀ ਹੈ। ਉਹਨਾਂ ਨੇ ਖਲੋਣਾ ਹੋਰ ਤਾਂ ਰਾਜ ਕੋਈ ਨੀ ਰਹਿ ਗਿਆ, ਇਉਂ ਕਰਕੇ ਜਦੋਂ ਮਿਥਲੇ ਨਾ ਵੀ ਕੰਡਾ ਗੜਕਾਈਏ। ਬਣਾ ਕਰ ਲੋ ਇਹਨਾਂ ਨੇ ਕਦੋਂ ਟਲਦਾ ਸਾਡਾ ਬਣਨਾ, ਹੁਣ ਟਲਣਾ ਇਹਨਾਂ ਨੇ ਕਿਵੇਂ ਬਣੇਗਾ? ਇਹਦੇ ਮਰਿਆਦਾ ਚ ਤਾਂ ਇਹਨਾਂ ਨੇ ਫਰਕ ਪਾ ਲਿਆ, ਵੱਖਰੀ ਮਰਿਆਦਾ ਵੱਖਰਾ ਰੰਗ ਢੰਗ ਬਣਾ ਲਿਆ। ਹੁਣ ਅਸੀਂ ਕਿਉਂ ਟਲੀਏ ਇਹਨਾਂ ਦੇ ਨਾਲ ਲੜਨ ਤੋਂ? ਹੁਣ ਨੀ ਟਲਣਾ ਹੈ, ਜਦੋਂ ਐ ਮਿਥਲਿਆ ਨਾ ਕਾਲਸੇ ਨੇ ਰੱਖਿਆ ਪਾਤਸ਼ਾਹ ਸੋਹਮ ਲੜ ਲੋ। ਜਿਹੜੇ ਪਾਤਸ਼ਾਹ ਨਾਲ ਦਾਅਵਾ ਰੱਖਦੇ ਹਾਂ, ਦਿੱਲੀ ਸਰਕਾਰ ਨਾਲ ਲੜਦੇ ਹਾਂ, ਅਸੀਂ ਉਹਨਾਂ ਦਿਨ ਟਲਦੇ ਤੇ ਅਸੀਂ ਇਹਨਾਂ ਤੋਂ ਟਲਾਂਗੇ? ਇਉਂ ਕਹਿ ਜੋ ਗੁਰਮਤ ਸੋਧੇ ਅਕਾਲਸੇ ਬਿੰਤ ਨੇ ਦਾਇਕ ਆਇਆ ਵਧਾਏ ਨਾ ਲੀਕ ਹਿੱਸਾ ਦੇ ਕੇ ਲੀਕ ਲਾ ਲਈਏ ਆਪਣੇ ਆਪ ਨੂੰ ਕਿ ਇੰਨੀ ਗੱਲ ਅਸੀਂ ਬਣ ਦੇਣੀ। ਸਿੰਘਾਂ ਨੇ ਪੱਕਾ ਗੁਰਮਤਾ ਸੋਧ ਲਿਆ, ਹਿੱਸਾ ਟਿਕਿਆ ਗੁਰਦੁਆਰ ਨਾ ਠੀਕ ਹੈ, ਇਹ ਗੁਰਦੁਆਰੇ ਤੇ ਇਹਨਾਂ ਦਾ ਹਿੱਸਾ ਟਿਕ ਜਾਣਾ ਵੀ ਅੱਜ ਲਿਆ ਕਰਨਗੇ, ਇਹ ਨਹੀਂ ਗੱਲ, ਇਹ ਠੀਕ ਹੀ ਨਹੀਂ ਗੱਲ, ਅਸੀਂ ਨਹੀਂ ਮੰਨਦੇ। ਨਵੇਂ ਗੱਲ ਅਮਨ ਲੱਗਣ ਨਾ ਦੇ, ਜੋ ਪੁਰਾਣੀ ਅੱਗੇ ਨਹੀਂ ਚੱਲਦੀ ਇਹ ਗੱਲ ਤੇ ਨਵੀਂ ਤਾਂ ਅਸੀਂ ਲੱਗਣ ਹੀ ਨਹੀਂ ਦੇਣੀ ਅੱਗੇ ਵਾਸਤੇ। ਮਰਨ ਲੜ ਤੇ ਸੰਕ ਨਾ ਕਰੇ, ਅਸੀਂ ਲੜਨ ਮੰਨਦਾ ਅੱਗੇ ਕਿ ਅਸੀਂ ਸੰਗਦੇ ਹਾਂ ਲੜਨ ਤੋਂ ਮਰਨ ਤੋਂ, ਹੁਣ ਵੀ ਨੀ ਅਸੀਂ ਸੰਗਦੇ, ਹੁਣ ਵੀ ਅਸੀਂ ਲੜਾ ਕਰਾਂਗੇ। ਸੋਰਾ ਕਈ ਸਿਆਣ ਅਬ ਜੋ ਤੀਰਥ ਰਾਏ, ਤਿਆਰ ਹੋ ਗਏ ਨਾ ਲੜਨ ਵਾਸਤੇ, ਪੱਕਾ ਗੁਰਮਤਾ ਸੋਧ ਲਿਆ। ਤਾਂ ਸਿਆਣਿਆ ਸਿੰਘਾਂ ਨੇ ਆ ਕੇ ਸਲਾਹ ਦਿੱਤੀ, ਖਾਲਸਾ ਜੀ ਹੁਣ ਤਾਂ ਕਰੋ ਧੀਰਜ, ਚਿਕਾਲ ਨਾ ਕਰੋ, ਛੇਤੀ ਨਾ ਕਰੋ। ਮੇਲੇ ਸੰਗਤ ਜੋ ਆਈ
ਇਹਨਾਂ ਨੂੰ ਵਿਦਿਆ ਹੋ ਜਾਣਦੀ ਹੋਰ ਪਾ ਲਓਗੇ ਕਿ ਜਦੋਂ ਇਹ ਸੰਗਤ ਵਿਦਿਆ ਹੋ ਜਾਏਗੀ ਫਿਰ ਜਿਵੇਂ ਮਰਜ਼ੀ ਕਰਿਓ ਮਗਰੋਂ ਕਰਾਂਗੇ ਇਹਨਾਂ ਦਾ ਫੈਸਲੇ ਆਪੇ ਤਾਂ ਬੰਦਈਆਂ ਸੋ ਖਾਲਸੇ ਕਹੇ ਕਰਦੇ ਪੰਥ ਨੇ ਬੰਦਈਆਂ ਨੂੰ ਕਿਹਾ ਬਣੇ ਰਹੇ ਆਪ ਤੁਮ ਆਪ ਤੁਮ ਕਹੇ ਤੇ ਹੁਣ ਸਾਡਾ ਤੁਹਾਡਾ ਕਹਿਣਾ ਚੰਗਾ ਨਹੀਂ ਜੋੜ ਮੇਲਾ ਵੀ ਕੋ ਭਰਿਆ ਹੋਇਆ ਹੈ ਮੇਲੇ ਚ ਕਰਦਾ ਜੀ ਉੱਤੇ ਕੀ ਹੋਇਆ ਸੀ ਫਤਿਹਗੜ੍ਹ ਸਾਹਿਬ ਅਸੀਂ ਤਾਂ ਇਹ ਗੱਲ ਵਿਚਾਰੀ ਸੀਗੀ ਵੀ ਜੋੜ ਮੇਲੇ ਦਾ ਕੰਮ ਹੈ ਜੋੜ ਮੇਲੇ ਚ ਮਿਲਣਾ ਠੀਕ ਨਹੀਂ ਹੁੰਦਾ ਸੰਗਤ ਆਈ ਦੂਰੋਂ ਦੂਰੋਂ ਸੰਗਤ ਵਿਚ ਵਿਚਲ ਜਾਏਗੀ ਤੇ ਰੌਲਾ ਪੈ ਜਾਏਗਾ ਬਾਲ ਬੱਚੇ ਮਾਈ ਭਾਈ ਸਾਰਾ ਇਕੱਠਾ ਹੈ ਇੱਥੇ ਤੇ ਫਿਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਹੈ ਇਸ ਮੇਲੇ ਤੇ ਰੌਲਾ ਕਰਨਾ ਤਾਂ ਮਹਾਂ ਅਪਰਾਧ ਹੈ ਇੱਕ ਦੂਜੇ ਕਦੋਂ ਉਹ ਤਾਂ ਟਲਣ ਵੀ ਹੁਣ ਮੌਕਾ ਹੀ ਹੁਣ ਇੱਥੇ ਕਰੀਏ ਇੱਥੇ ਸਾਡਾ ਰੌਲਾ ਫੱਬ ਜੂਗਾ ਉਹਨਾਂ ਨੇ ਇਹ ਧਾਰੀ ਹੋਈ ਸੀ ਅਸੀਂ ਇਸ ਕਰਕੇ ਲੋਕ ਜਿਸ ਨਾ ਕਾਲਸਾ ਜੀ ਆਪਣੇ ਲੜਿਆਂ ਨਹੀਂ ਠੀਕ ਰਹਿਣਾ ਸੰਗਤ ਦਾ ਨੁਕਸਾਨ ਹੋ ਜਾਏਗਾ ਉਹ ਸਗੋਂ ਤਿਆਰ ਹੋਣ ਉਹਨਾਂ ਦੇ ਮਨ ਚ ਵੀ ਗਲੀ ਪਾਇਆ ਕਰਦੇ ਨੇ ਡਰਦੇ ਨੇ ਇਹ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਵੀ ਸੰਗਤ ਦੀ ਬੱਚਤ ਕਰਨੀ ਹੈ ਕਿਵੇਂ ਸੰਗਤ ਦੀ ਰਾਖੀ ਅਸਾਂ ਕਰਨੀ ਹੈ ਜੇ ਅਸੀਂ ਪਛਾਤ ਕਰ ਪਈਏ ਤੇ ਸੰਗਤ ਦੀ ਕੀ ਇਲਾਜ ਹੋਵੇਗੀ ਜੋ ਉਹਨਾਂ ਨੇ ਨਹੀਂ ਸੋਚਿਆ ਮੂਰਖ ਸਾਂਗੇ ਲਾਲਚੀ ਸਾਂਗੇ ਆਏ ਗੱਲ ਸੀ ਰੌਲਾ ਸਾਰਾ ਬੰਦਈਆਂ ਦਾ ਅੱਜ ਕਿਹੜਾ ਰੌਲਾ ਹਟ ਗਿਆ ਹੈ ਜਿਹੜੇ ਪੰਥ ਤੋਂ ਮਨਮਤੀਏ ਦੂਰ ਹੋ ਜਾਂਦੇ ਨੇ ਪੰਥ ਨੂੰ ਪੰਥ ਨਹੀਂ ਸਮਝਦੇ ਉਹ ਸਾਡੇ ਭਾਅ ਦੇ ਉਹ ਬਦਈ ਨੇ ਅਸੀਂ ਉਹਨਾਂ ਨੂੰ ਵੀ ਸਮਝਦੇ ਹਾਂ ਇਸ ਵਾਸਤੇ ਖਾਲਸਾ ਜੀ ਇਸ ਤਰ੍ਹਾਂ ਗਲਤੀਆਂ ਹੋ ਜਾਂਦੀਆਂ ਨੇ ਗਲਤੀਆਂ ਕਰਦੇ ਆਏ ਨੇ ਮੂਰਖ ਪੰਥ ਨੇ ਕਦੀ ਗਲਤੀ ਨਹੀਂ ਕੀਤੀ ਪੰਥ ਸਦਾ ਹੀ ਸੰਗਤ ਦੀ ਨਿਗਾਹ ਰੱਖਦਾ ਹੈ ਕਿ ਸੰਗਤ ਹੈ ਤੇ ਪੰਥ ਹੈ ਸੰਗਤ ਵਿਚੋਂ ਪੰਥ ਸਜਣਾ ਹੈ ਜੇ ਸੰਗਤ ਨੂੰ ਮਾਰ ਪਵੇ ਸੰਗਤ ਕਿਸੇ ਚੰਗੇ ਵਿਚ ਫਸ ਜਾਵੇ ਤਾਂ ਪੰਥ ਨੇ ਰਾਖੀ ਫਿਰ ਕਾਹਦੀ ਕੀਤੀ ਸਗੋਂ ਉਨ੍ਹਾਂ ਦੇ ਉੱਤੇ ਤਾਂ ਸਭ ਜ਼ੁਲਮ ਕਰਵਾ ਦਿੱਤਾ ਇਹ ਕਰਕੇ ਖਾਲਸਾ ਜੀ ਬੰਦਈਆਂ ਨੂੰ ਸਿੰਘ ਸਮਝਾਉਣ ਲੱਗੇ ਵੀ ਠਹਿਰ ਜਾਓ ਮੇਲੇ ਦਾ ਕੰਮ ਹੈ ਐਸਾ ਕੰਮ ਕੀਤਿਆਂ ਆਪਣੀ ਪ੍ਰਤੀਤ ਨਹੀਂ ਰਵੇਗੀ ਜਦੋਂ ਇਹ ਗੱਲ ਬੰਦਈਆਂ ਨੂੰ ਦੱਸੀ ਕੰਮ ਤੁਮ ਲੜ ਜੋ ਹੋਵੇ ਕੁਆਰ ਤੇ ਤੁਸੀਂ ਦੋਵੇਂ ਲੜਕੇ ਕੁਆਰ ਹੋ ਜਾਂਦੇ ਨੁਕਸਾਨ ਹੋ ਜਾਏਗਾ ਸੰਗਤ ਦਾ ਮੁਰਖਲੇ ਸਭ ਸੰਗਤ ਜਦੋਂ ਅਸੀਂ ਤੁਸੀਂ ਲੜ ਪਏ ਜਿਹਨਾਂ ਸੰਗਤ ਦੀ ਰਾਖੀ ਕਰਨੀ ਹੈ ਤਾਂ ਤੁਰਕ ਸੰਗਤ ਨੂੰ ਪੈ ਜਾਂਦੇ ਸੰਗਤ ਲੁੱਟੀ ਜਾਏਗੀ ਮਾਰੀ ਜਾਏਗੀ ਹੋਰਾ ਜੈਸੇ ਚਿੜੀਆਂ ਤੋਏ ਡਰ ਤੋਂ ਲੈ ਗੱਡੀ ਰੋਏ ਪਾਏ ਪੰਜ ਨੇ ਭਾਈ ਰਤਨ ਸਿੰਘ ਜੀ ਜਦੋਂ ਚਿੜੀਆਂ ਲੜ ਪਈ ਨਾ ਪੰਜ ਹੀ ਫਸਾ ਲੈਂਦੀਆਂ ਨੇ ਦਰੂਦਰੀ ਉਹ ਤਾਂ ਉਹਦਾ ਧਿਆਨ ਲੜਨ ਤੇ ਹੁੰਦਾ ਤੇ ਬਿੱਲੀ ਛਹਿ ਲਾ ਕੇ ਬੈਠੀ ਫੜਕ ਦੇ ਕੇ ਦੋਵਾਂ ਨੂੰ ਫੜ ਲੈਂਦੀ ਤੇ ਦੋਵਾਂ ਨੂੰ ਚੱਪ ਜਾਂਦੀ ਫੜ ਕੇ ਪਹਿਲੇ ਚਲ ਜਾਂਦੀ ਹੈ ਜਦੋਂ ਉਹਨੂੰ ਬਿੱਲੀ ਦੇ ਮੂੰਹ ਚ ਆ ਗਏ ਚਿੜੀਆਂ ਦੋਵੇਂ ਫੜ ਲੈਂਦੀ ਜਾਏ ਤੇ ਦੋਵਾਂ ਨੂੰ ਖਾ ਲੈਂਦੀ ਹੈ ਇਹ ਕਰਕੇ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਖਾਲਸਾ ਪੰਥ ਤਾਂ ਟਲਦਾ ਸੀਗਾ ਤੇ ਬੰਦਈ ਟਲਦੇ ਨਹੀਂ ਸੀ ਜੇਰਾ ਸਮਝਾਇਆ ਹੋਇਆ ਨੀ ਆਪਣਾ ਲੜਨਾ ਨੀ ਠੀਕ ਆਪਾਂ ਮੇਲਾ ਦਲਾਂ ਨੇ ਜਾਣਦੇ ਹੋ ਵੇਖੋ ਕੋਈ ਨਾ ਕੋਈ ਗੱਲ ਬਣ ਜਾਏਗੀ ਸੋ ਇਸ ਤਰ੍ਹਾਂ ਦਰਾਸੇ ਦਿੰਦੇ ਉਹਨਾਂ ਨੂੰ ਉਡਾਉਂਦੇ ਹਨ ਜਦੋਂ ਸਾਰੇ ਲੜਦਿਆਂ ਵੇਖ ਲਿਆ ਤੁਰਕਾਂ ਨੇ ਤੇ ਤੁਰਕਾਂ ਦੀ ਫੌਜ ਹੱਲਾ ਬੋਲਦੇ ਵੇਗੀ ਸੰਗਤ ਤੇ ਜਾਓ ਪਏ ਜਾਗਣ ਰਹੀਆਂ ਜਾਓ ਸੁਣ ਪਾਏ ਬੰਦਈਆਂ ਨੇ ਗੱਲ ਸੁਣੀ ਜਾ ਕੇ ਦੱਸੀ ਸਿੱਖਾਂ ਨੇ ਆਈ ਅੱਤ ਕਰਵਾਈ ਹੰਕਾਰ ਕਰ ਲਿਆ ਉਹਨਾਂ ਨੇ ਹੁਣ ਲੋਟ ਆ ਰਹੇ ਸੀ ਹੈ ਕਰਦੇ ਹੁਣ ਆਪਾਂ ਟਲੀਏ ਹੁਣ ਆਪਣਾ ਕੰਮ ਬਣ ਜਾਏਗਾ ਸਿੰਘ ਆਏ ਹੈ ਅਬ ਹਮ ਗਾਏਟ ਆ ਗਏ ਨੇ ਹੁਣ ਵੀ ਕਿ ਡਰਦੇ ਨੇ ਰੁਕਣ ਸਵਾਲ ਦਈਏ ਤੁੜਾਏ ਆਪਾਂ ਨੂੰ ਕੀ ਜਾਣ ਫਰਕ ਪੈਣਾ ਆਪਾਂ ਜ਼ਰੂਰ ਲੜੀਏ ਤੇ ਤੁਰਕਾਂ ਤੋਂ ਤੁੜਵਾ ਦਈਏ ਤੁਰਕ ਇਹਨਾਂ ਤੇ ਹੱਲਾ ਕਰਕੇ ਪੈ ਜਾਣਗੇ ਟਕੇ ਦੋਣੇ ਤੇ ਤੁਰਕਣ ਦੇ ਦਵਾਏ ਆਪਾਂ ਤੁਰਕਾਂ ਨੂੰ ਕਰ ਲਈਏ ਸਲਾਹ ਬੇਈਮਾਨ ਹੋ ਗਏ ਵੀ ਹੁਣ ਬੰਦਈਆਂ ਨੇ ਕਿਵੇਂ ਬਣੇ ਜਦੋਂ ਇਹ ਦੁਸ਼ਮਣ ਨਾ ਜਾ ਰਹੇ ਨੇ ਬੰਦਈਆਂ ਦੀ ਵੇਖੋ ਨੁਕਸ ਨਿਕਲਿਆ ਹੈ ਅਤੇ ਆਦਮੀ ਵਿਆਜ ਕਰਦਾ ਹੁੰਦਾ ਇਹਨਾਂ ਆਖਿਆ ਆਪਾਂ ਇਹਨਾਂ 10,000 ਦੇਣਾ ਕੀਤਾ ਆਪਾਂ 20 ਕਰ ਲਓ ਵੀ ਤੁਸੀਂ ਇਸ ਪੱਖ ਸਾਡਾ ਕਰ ਰੱਖੋ ਸਾਨੂੰ ਇਹਦੇ ਚ ਹਿੱਸਾ ਦਵਾਓ ਤੇ ਅਸੀਂ 20,000 ਦੇਣ ਨੂੰ ਤਿਆਰ ਹਾਂ ਚਮਕਾ ਦਈਏ ਪਿੱਠ ਤੁੜਵਾਏ ਇਹਨਾਂ ਦੀ ਪਿੱਠ ਤੁੜਵਾ ਦਈਏ ਇਹਨਾਂ ਦੇ ਗੱਲ ਪਵਾ ਦਈਏ ਤੁਰਕਾਂ ਨੂੰ ਲਾਲਚੀ ਤੁਰਕ ਤਾਂ ਧੰਨ ਦੇ ਲਾਲਚੀ ਜਿੱਧਰੋਂ ਬਹੁਤਾ ਮਿਲੇ ਉੱਧਰ ਹੀ ਹੋ ਜਾਣਾ ਅੱਜ ਵੀ ਤਾਂ ਇਵੇਂ ਹੀ ਚੱਲਦਾ ਹੈ ਇੱਕ ਥੋੜੇ ਪੈਸੇ ਦਿੰਦਾ ਦੂਜਾ ਜ਼ਿਆਦਾ ਜਾ ਦਿੰਦਾ ਤੇ ਉਹਦੀ ਮਦਦ ਉਹ ਦੂਜਾ ਅੱਗਾ ਪਿੱਛਾ ਵੇਹਦੇ ਹੀ ਨਹੀਂ ਗਏ ਅੱਜ ਹੁਣ ਲੁਧਿਆਣੇ ਉਹ ਗੱਲ ਹੋਈ ਹੈ ਜੋ ਉਹਨਾਂ ਨੇ ਸਾਫ਼ ਕਹਿਤਾ ਪੁਲਿਸ ਸਾਹਿਬ ਸਾਡਾ ਸਮਰਥਨ ਕੋਈ ਨਹੀਂ ਇੱਥੇ ਪੈਸਿਆਂ ਦੀ ਗੱਲ ਹੈ ਤਾਂ ਕਰਕੇ ਆਏ ਤੁਸੀਂ ਮਾਲਕੋ ਪਿੱਠੇ ਰਹੋ
ਕਾਇਮ ਰਹੋ, ਇੰਨਾ ਕੁ ਤੁਸੀਂ ਕਰਨਾ ਹੀ ਹੈ ਨਾ, ਚਲੇ ਜਾਓ ਇੱਥੋਂ ਵੀ, ਮੇਰਾ ਕਰਦੇ ਤੁਸੀਂ ਤੁਹਾਡਾ ਕੋਈ ਹੱਕ ਨਹੀਂ। ਜਦੋਂ ਲਿਖਤ ਪੜ੍ਹਤ ਫੈਸਲੇ ਹੋਏ ਹੋਣ ਫਿਰ ਹੱਕ ਨਹੀਂ ਹੈ। ਤੇ ਵੱਡੇ ਅਫਸਰਾਂ ਨੂੰ ਅੱਜਕੱਲ ਇਹਨਾਂ ਨੂੰ ਜ਼ਿਆਦਾ ਖੁੱਲ ਪਈ ਹੋਈ ਹੈ, ਤੇ ਵੱਡੇ ਅਫਸਰਾਂ ਨੂੰ ਪੁੱਛਦਾ ਹੀ ਕੋਈ ਨੀ, ਛੋਟੀ ਠਾਣੇਦਾਰੀ ਦੱਬੀ ਹੁੰਦੀ ਦੁਨੀਆਂ ਨੂੰ। ਸੋ ਅਸਾਂ ਦੇਰ ਕਰਦੀ ਹੋ ਗਈ ਖਾਲਸਾ ਜੀ, ਇਹ ਤੇ ਇਹੋ ਜਿਹਦਾ ਵੀ ਕੋਈ ਭਾਣਾ ਵਰਤਣ ਵਾਲਾ ਹੈ, ਕੋਈ ਨਾ ਕੋਈ ਉਤੋਂ ਦਰਗਾਹੋਂ ਫੈਸਲਾ ਹੋਵੇ ਇਹਨਾਂ ਵਾਸਤੇ, ਜੋ ਸਫਾਈ ਹੋਵੇਗੀ ਇਹੋ ਜਿਹਿਆਂ ਦੀ, ਜਿਹੜੇ ਆ ਕੇ ਦੁਨੀਆਂ ਨੂੰ ਤੰਗ ਕਰਦੇ ਨੇ, ਸੰਗਤ ਦੀ ਹੈ, ਗਰੀਬ ਗੁਰਬੇ ਨੂੰ ਤੰਗ ਕਰਨਾ, ਸੰਗਤ ਨੂੰ ਤੰਗ ਕਰਨਾ, ਇਸ ਵਾਸਤੇ ਕੋਈ ਵਾਹਿਗੁਰੂ ਦੇ ਹੁਕਮ ਅੰਦਰੀ ਹੋ ਰਿਹਾ, ਕੋਈ ਅਸਰ ਦਿਸਿਆ ਲਾਲਚ ਦੇ ਸਿੰਘਾਂ ਨੂੰ ਗੇ ਰਹੇ, ਲਾਲਚ ਦੇ ਤੁਰਕਰ ਸਿੰਘਾਂ ਨੂੰ ਕਹੀਏ ਕਿਵੇਂ ਕਹਿੰਦੇ ਨੇ, ਤੁਰਕ ਸਾਡੇ ਪੱਖ ਤੇ ਹੋ ਜਾਣਗੇ, ਕੁਛ ਅਸੀਂ ਹੋ ਜਾਣਗੇ, ਜੇ ਉਹ ਸਿੰਘਾਂ ਨੂੰ ਮਾਰ ਲਵਾਂਗੇ। ਰਾਤਵੇਂ ਵਧਾਈਆਂ ਲਿਖਦੀ ਉਹ ਨਾਚ ਤੁਰਕਨ ਲਾਏ, ਤੁਰਕਾਂ ਨੂੰ ਲਾਲਚ ਦਾ ਝਾਸਾ ਦੇ ਕੇ ਤੇ ਵਧਾਈਆਂ ਨੇ ਲਿਖ ਦਿੱਤਾ ਉਹਨਾਂ ਨੂੰ ਵੀ ਸਾਡੇ ਕੋਲ ਲੋਕਾਂ 20,000, ਮੇਲੇ ਦਾ ਪੱਖ ਸਾਡਾ ਕਰੋ ਤੇ ਚੜਾਵਾ ਸਾਨੂੰ ਦਵਾਓ, ਨਹੀਂ ਮੇਲਾ ਸਾਡਾ ਲਵਾਓ। ਅਗਰ ਸਤੂਣਾ ਹਮ ਦੇਵੇ ਹਮ ਚੜ੍ਹਦੀ ਸਾਂਝ ਦਿਵਾਏ, ਚੜ੍ਹਦੀ ਸਾਂਝ ਸਾਡੀ ਪਵਾ ਦਿਓ, ਸਾਤੋ ਦੂਣੇ ਟਕੇ ਲਓ, 10,000 ਇਹ ਦਿੰਦੇ, 20 ਸਾਤੋ ਲਓ। ਹੁਣ ਤੁਰ ਕਿਉਂ ਨਾ ਪੱਖ ਕਰਨ ਪਏ, ਜਿਹਨਾਂ ਨੂੰ 30,000 ਬਣਦਾ, ਦਿਨ ਮੇਲਿਆਂ ਦਾ ਮਾਮਲਾ ਮਿਲਦਾ ਹੈ, ਵਿਸ਼ਵਾਸ ਦੇ ਮੇਰੇ ਬੰਦਗੀਆਂ ਵੀ ਉਹ ਮਿੱਥੀ ਹੈ ਵੀ ਆਪਾਂ ਲਾਲਚ ਦੇ ਕੇ ਸਿੰਘਾਂ ਨਾਲੋਂ ਵੱਖ ਕਰੀਏ ਇਹਨਾਂ ਨੂੰ, ਇਹਨਾਂ ਦੀ ਗੱਲ ਹਟਾ ਦਈਏ। ਜੇ ਹੁਣ ਜਿਹੜੇ ਪ੍ਰਚਾਰ ਕਰਦੇ ਨੇ ਵੀ ਉਦੋਂ ਸਤਿਕਾਰ ਜੀ ਨੇ ਤੁਰਕਾਂ ਦਾ ਪੱਖ ਲਿਆ ਤਾਂ ਬੰਦਗੀਆਂ ਨੇ ਕੀ ਕਰਿਆ ਹੈ? ਅਜੇ ਕੋਈ ਸਾਹਮਣੇ ਲਿਖਿਆ ਹੋਇਆ ਪੱਖ ਤਾਂ ਬੰਦਗੀਆਂ ਨੇ ਲਿਆ ਹੈ, ਉਹ ਤਾਂ ਸੰਗਤ ਦੇ ਜੋੜ ਮੇਲੇ ਵਾਸਤੇ ਸਤਿਕਾਰ ਸੀ ਤੇ ਫੈਸਲਾ ਕਰਵਾ ਲਓ ਵੀ ਤੁਹਾਡਾ ਜਿਹੜਾ ਖਰਚਾ ਰਾਖੀ ਤੇ ਆਊਗਾ ਸਾਡੇ ਕੋਲ ਲੈ ਲਓ, ਤੇ ਸਾਡੇ ਜੋੜ ਮੇਲਾ ਲੱਗਣ ਦਿਓ। ਤੇ ਕਹਿੰਦੇ ਚੜ੍ਹਦੀ ਜੋ ਅੱਧਾ ਹਰੀ ਚੁੱਕਣਾ ਦਿੰਦੇ ਸਾਡਾ ਹਿੱਸਾ ਵਿੱਚ ਪਵਾ ਦਿਓ, ਤਾਂ ਫਿਰ ਕਸੂਰ ਕਿਹਦਾ ਹੋਇਆ, ਗਲਤੀ ਕਿਹਦੀ ਹੋਈ? ਤੁਰਕਾਂ ਕਹੀਏ ਤੀ ਇਹ ਬਾਤ, ਤੁਰਕ ਤਾਂ ਕੀ ਉਹ ਗੱਲਾਂ ਚਾਹੁੰਦੇ ਸਨ, ਅੱਗੇ ਵਧੇ ਉਹ ਪੰਥ ਹੋਏ ਘਾਤ, ਮਾਮਲਾ ਵਧੇ ਟਕੇ ਵਧਣ ਤੇ ਪੰਥ ਦਾ ਹੋਵੇ ਘਾਤ, ਪੰਥ ਦਾ ਨੁਕਸਾਨ ਹੋਵੇ, ਇਹ ਕੀ ਉਹ ਗੱਲ ਚਾਹੁੰਦੇ ਸਨ? ਇਹ ਲੜ ਮਰਿਆ ਹੋਵੇ ਖੁਆਰ, ਇਹ ਲੜ ਮਰ ਰਾਸ਼ ਜੀ ਖੁਆਰ ਹੋ ਜਾਣ, ਲਾਲਚ ਲੱਗ ਗਏ ਉਹ ਥਾਣੇਦਾਰ, ਇਹਨਾਂ ਲਾਲਚ ਵਿੱਚ ਥਾਣੇਦਾਰ ਆ ਕੇ ਰੁੱਝ ਗਿਆ, ਬਿਟਾ ਵਧਾਈ ਜੋ ਤੰਗਿਓ ਨਾ ਆਏ। ਦੰਗਾ ਕਰਨ ਜ਼ਰੂਰ ਚਾਹੁੰਦੇ ਨੇ ਵੀ ਦੰਗਾ ਕਰ ਲਈਏ ਪ੍ਰਸਾਦ ਹੋ ਜਾਵੇ, ਸਿੰਘਾਂ ਜਾਣ ਲਈ ਮਨ ਮਾਹੇ, ਇਹਨਾਂ ਨੂੰ ਮਨ ਚ ਜੱਜ ਗਈ ਹੈ ਵੀ ਨਹੀਂ ਅੜਦੇ ਹਨ, ਜ਼ਰੂਰ ਪ੍ਰਸਾਦ ਕਰਾ ਕੇ ਅੱਟਣਗੇ। ਇੱਕੋ ਇੱਕ ਹੀ ਬਣੇ ਨਿਸੰਗ ਹੋਏ, ਪਰ ਜੇ ਜਾਣ ਲਿਆ ਵੀ ਜਿਹਨਾਂ ਇੱਕੋ ਇੱਕੋ ਇੱਕ ਹੀ ਨਹੀਂ ਹੁੰਦੀ, ਭਾਵ ਕੱਟਾ ਕੱਟੀ ਨੀਂਦ ਪੈ ਜਾਂਦੇ ਜਿਵੇਂ ਆਪਾਂ ਪੰਜਾਬੀ ਕਹਿੰਦੇ ਨੇ, ਉਹਨਾਂ ਚਿਰ ਕਦੋਂ ਬਣਾਉਂਦਾ ਤੇ ਹਿੰਮਤ ਪਏ, ਹੁਣ ਕਹਿੰਦੇ ਉਹਨਾਂ ਨੂੰ ਕੱਟਾ ਕੱਟੀ ਕੱਢ ਕੇ ਹਟਾ ਲਿਆ, ਵੇਖੀ ਜਿਵੇਂ ਹੋਊ ਦੇ ਕਰਕੇ ਗਾਰਸੇ ਨੇ ਪੂਰੀ ਮਿਸ ਲਈ। ਹਮਰੋ ਖਿਆਲ ਦਾ ਸਾਡਾ ਕੋਈ ਸਾਡੇ ਮਗਰੋਂ ਨਹੀਂ ਲੈਣ, ਉਹਨਾਂ ਚਿਰ ਜਿੰਨਾ ਦੇ ਕੋਈ ਗੱਲ ਨਹੀਂ ਕਰਦੇ ਪਤਾ ਹੈ। ਮੈਂ ਭਜੰਗਰ ਸਿੰਘਾਂ ਨੂੰ ਜੋ ਡੱਟੇ ਜੋ ਕਿਸ ਹੋਏ ਸੋਏ, ਭਜੰਗ ਫੌਜ ਹੈ ਸਿੰਘਾਂ ਦੀ, ਯੋਧਿਆਂ ਸੂਰ ਪੀਰਾਂ ਦੀ, ਉਹਨਾਂ ਦੇ ਅਗਰ ਜੋ ਹੋਊ ਵੇਖੀ ਮਗਰੋਂ ਵੇਖਾਂਗੇ, ਚੱਲਣ ਦੇ ਉਵੇਂ ਕੰਮ ਜੀ ਚਾਹੁੰਦੇ ਨੇ ਤਾਂ ਮਰੋ ਚੰਡੀ ਭੇਟ ਨਾ ਤੁਰਕ ਬੰਦਈਆਂ ਨੂੰ ਦੋਏ। ਸ੍ਰੀ ਗੁਰਮਤ ਦਾ ਸੋਚ ਰਿਹਾ ਵਿੱਚ ਤੁਰਕ ਦੇ ਵਿੱਚ ਚੱਲਣ ਦਈ, ਤੂੰ ਚੰਡੀ ਭੇਟ ਕਰ ਦਿਓ, ਸੋ ਦਿਓ ਅਰਦਾਸਾ। ਚਲੋ ਭਾਈ ਕਾਨ ਸਿੰਘ ਜੀ ਫਿਰ ਬਚ ਗਿਆ, ਕਾਨ ਸਿੰਘ ਜੀ ਮੁੱਕੀ ਹਨ, ਇਹ ਗੁਰੂ ਅਮਰਦੇਵ ਜੀ ਦੀ ਬੰਸ ਵਿੱਚੋਂ ਹਨਗੇ। ਉਹਨਾਂ ਨੇ ਆਖਿਆ ਵੀ ਖਾਲਸਾ ਜੀ ਕੋਈ ਆਪਾਂ ਵਿਚਾਰ ਕਰੋ, ਇਹਦਾ ਮੂਰਖ ਰਾਣੇ ਨੇ ਇਕੱਠੇ ਹੋਏ ਨੇ, ਆਪਾਂ ਸੋਚੋ ਇਹ ਗੱਲ ਖਰਾਬ ਹੋਵੇਗੀ ਜੇ ਆਪਾਂ ਦੰਗਾ ਕਰ ਲਿਆ। ਪ੍ਰਤੀਤ ਹਮਾਰੀ ਨੇ ਦੰਗੇ ਕੀਏ ਰਹੇ, ਜੇ ਦੰਗਾ ਕਰ ਲਿਆ ਸਾਡੀ ਪ੍ਰਤੀਤ ਨਹੀਂ ਰਹੀ, ਅੱਗੇ ਅਸੀਂ ਸੰਗਤ ਨੂੰ ਜੇ ਲਿਖਾਂਗੇ ਤੇ ਉਹਨਾਂ ਨੂੰ ਮੰਨਣੀ ਨਹੀਂ, ਕੀ ਪਤਾ ਉੱਥੇ ਕੀ ਹੋ ਜਾਵੇ, ਪ੍ਰਸਾਦ ਹੋ ਜਾਣਾ ਉੱਤੇ, ਇਸ ਵਾਸਤੇ ਸਾਡੀ ਪ੍ਰਤੀਤ ਜਾਂਦੀ ਰਹੇਗੀ ਕਾਸਤਾ ਜੀ ਇਹਦੇ ਵਿੱਚ। ਆਪਾਂ ਇਹ ਗੱਲ ਨਹੀਂ ਕਰਨੀ, ਆਪਾਂ ਝਗੜਾ ਨਹੀਂ ਕਰਨਾ, ਵੇਖੀ ਜੀ ਜੋ ਹੋਊਗੀ। ਹਮ ਸਭ ਪੋਸ਼ਣ ਤੇ ਸਿੱਖ ਮੰਗਵਾਏ, 100 ਕੋਹ ਤੋਂ ਖਾਸ ਸੰਗਤ ਆਈ ਹੈ, ਦੂਰ ਦੂਰ ਤੋਂ ਸੰਗਤ ਆਈ ਹੈ ਦਰਸ਼ਨਾਂ ਵਾਸਤੇ, ਲੰਗੇ ਮੈਂ ਲੈ ਜਾਏ ਜਾਨ ਗਵਾਏ, ਇਹੋ ਜਿਹੇ ਪ੍ਰਸਾਦ ਇੱਥੇ ਜਾਨ ਗਵਾ ਲੈ, ਕੀ ਪਤਾ ਲੱਗਣਾ ਜੇ ਖੰਡਾ ਚੱਲ ਪਿਆ, ਕੌਣ ਬਦਈ ਹੈ ਤੇ ਕੌਣ ਤਤਕਾਲਤਾ ਹੈ, ਸੰਗਤ ਦਾ ਕੀ ਨਿਰਣਾ ਹੋਊਗਾ ਉਸ ਮੌਕੇ, ਉਹ ਨਾ ਗੱਲ ਹੋਵੇ ਸੰਗਤ ਤੇ ਵੀ ਖੰਡਾ ਚੱਲ ਜਾਏ, ਨੁਕਸਾਨ ਹੋ ਜਾਏ। ਬਾਲ ਕਾਰ ਸਿਰ ਸਭ ਸਾਰੀ ਚਾਹੇ ਕਰਤਾ ਜੀ, ਬਾਤ ਕਰ ਸਭ ਸਿਰ ਤੇ ਸਹਾਰੋ, ਹੌਸਲਾ ਕਰੋ, ਹੀਰਜ ਕਰੋ,
ਕੋਈ ਨੀ ਵਾਧਾ ਘਾਟਾ ਬੋਲਦੇ ਖੋਲ ਲੈਣ ਦਿਓ ਇਹਨਾਂ ਨੂੰ ਮੇਲੇ ਮੈਂ ਨਾ ਦੰਗੋ ਕੀਜਾ ਇੱਕੋ ਹੀ ਗੱਲ ਰੱਖੋ ਵੀ ਮੇਲੇ ਚ ਦੰਗਾ ਨੀ ਹੋਣ ਮੇਲੇ ਚ ਪ੍ਰਸਾਦ ਨੀ ਹੋਣ ਦੇਣਾ ਜਾਂ ਮੇਲੋ ਹੈ ਰੁਕਸਤ ਭਾਈ ਰੁਕੋ ਜਦੋਂ ਮੇਲਾ ਸ਼ੁਰੂ ਹੋ ਜਾਏਗਾ ਮੇਲਾ ਵਿਜੜ ਜਾਏਗਾ ਖਤਮ ਹੋ ਜਾਏਗਾ ਮੇਲਾ ਜੋ ਕਰ ਲਈ ਤੇ ਜੋ ਚਿੱਤ ਆਈ ਜੋ ਚਿੱਤ ਤੁਹਾਡੇ ਵਸੀ ਹੋਈ ਹੈ ਕਰ ਲਿਓ ਫਿਰ ਫਿਰ ਤੁਹਾਨੂੰ ਕੋਈ ਨੀ ਹਟਾਉਂਦਾ ਜਿਵੇਂ ਮਰਜ਼ੀ ਕਰ ਲੈਣਾ ਡੋਰਾ ਮੇਲੋ ਰੁਕਸਤ ਜਾ ਪਿਓ ਚੜ੍ਹਦੀ ਚੜ੍ਹਾਏ ਦਰਬਾਰ ਕਰਤਾ ਜੀ ਉਵੇਂ ਹੋਇਆ ਫਿਰ ਕਹਿੰਦੇ ਨੇ ਖਾਲਸੇ ਨੇ ਧੀਰਜ ਧਾਰ ਲਈ ਜਦੋਂ ਆ ਕੇ ਹਰਿਮੰਦਰ ਵਿੱਚ ਚੜ੍ਹ ਚੜਾਵਾ ਜੋ ਕਿਸੇ ਨੇ ਭੇਟਾ ਕਰਨੀ ਸੀ ਉਹ ਕਰਕੇ ਇਸੋ ਵਿਦਿਆ ਹੋ ਕੇ ਮੇਲਾ ਰੁਕਸਤ ਹੋ ਗਿਆ ਸਾਰਾ ਨਹੀਂ ਸਮਾਂਗੇ ਅਤੇ ਸਾ ਤੁਰਕਣ ਕਰੇ ਸਹਾਰ ਜਿਵੇਂ ਨਹੀਂ ਨੇ ਹੁਣ ਖੁੱਲ ਕੇ ਗੱਲ ਵੀ ਸਾਡਾ ਅੱਧਾ ਹਿੱਸਾ ਬਣਦਾ ਸਾਨੂੰ ਅੱਧ ਦੇ ਦੇਵੇ ਤੇ ਤੁਰਕਣ ਕਰੀ ਸਹਾਰ ਤੁਰਕਾਂ ਨੇ ਸਹਾਇਤਾ ਕੀਤੀ ਹਾਂ ਜੀ ਚਾਹੀਦਾ ਇਹਨਾਂ ਦੀ ਵੀ ਸੰਗਤ ਆਈ ਨਾ ਬਹੁਤ ਸਾਰੀ ਇਹਨਾਂ ਦਾ ਹਿੱਸਾ ਇਹਨਾਂ ਨੂੰ ਦੇ ਦਿਓ ਤੁਰਕਾਂ ਚ ਵੀ ਕਹਿ ਦਿੱਤਾ ਕਰਦੇ ਨੂੰ ਦੋਰਾ ਉਤੋਂ ਦਰੋਗਾ ਤੁਰਕਣ ਜੋਏ ਇਹ ਜੋ ਇਹਨਾਂ ਦਾ ਦਰੋਗਾ ਥਾਣੇਦਾਰ ਸੀ ਨਾ ਤੁਰਕ ਫੌਜ ਦਾ ਕਹਿ ਲਾਲਚ ਕਿਉਂ ਆਪਣਾ ਤੋਏ ਉਹਨੂੰ ਲਾਲਚ ਦੇ ਕੇ ਦੇ ਦਿੰਦੀਆਂ ਨੇ ਆਪਣਾ ਕਰ ਲਿਆ ਸੀ ਆਪਣੇ ਭਗਤੇ ਕੀਤੇ ਦੂਣੇ ਪੈਸੇ ਦੇਣੇ ਕਰਕੇ ਉਹ ਵਧਾਵਾ ਨਾਗੋ ਨਾਗਾ ਸਗੋਂ ਲਾਲਚ ਵਧਾਉਂਦਾ ਝਗੜਾ ਹਟੇ ਨਾ ਤੇ ਹੋ ਜਾਵੇ ਉਹ ਸਗੋਂ ਇਸ ਤਰ੍ਹਾਂ ਚੁੱਕਣਾ ਚੁੱਕਦਾ ਇਹਦਾ ਮਰੇ ਤਾਂ ਬਣੇ ਕਾਗਾ ਇਹ ਦੋਵੇਂ ਘਰ ਕਾਜ ਦੋਵੇਂ ਲੜ ਪੈਣ ਆਪਸ ਵਿੱਚ ਹੀ ਤਾਂ ਸਾਡਾ ਕੰਮ ਬਣਦਾ ਸਾਡਾ ਕਾਰਜ ਰਾਸ ਆ ਜਾਏਗਾ ਇਹ ਥਾਣੇਦਾਰ ਦੇ ਮਨ ਚ ਇਸ ਤਰ੍ਹਾਂ ਵਸੀ ਹੈ ਹੁਣ ਹਾਰ ਢੁੱਕ ਬੰਦਈਆਂ ਆਈ ਹੁਣ ਹਾਰ ਕਹਿੰਦੇ ਨੇ ਮੌਤ ਜੋ ਬੰਦਈਆਂ ਦੀ ਮੌਤ ਆ ਢੁੱਕੀ ਨੇੜੇ ਮਰਨ ਦੇ ਆ ਗਿਆ ਦਿਨ ਨੇੜੇ ਇਸ ਕਰਕੇ ਬੰਦਈ ਨਹੀਂ ਹਟਦੇ ਉਹ ਸਗੋਂ ਉਹਨਾਂ ਦੀ ਸਲਾਹ ਮਗਰ ਲੱਗਦੇ ਨੇ ਸੁਣੋ ਸਿੱਖ ਤੁਮ ਗੁਰਮੁਖ ਭਾਈ ਸਿੱਖੋ ਸਾਧ ਸਿੰਘ ਜੀ ਸੁਣੋ ਗੁਰਮੁਖ ਭਾਈ ਗੁਰਮੁਖੋ ਇਸ ਤਰ੍ਹਾਂ ਫਿਰ ਇਹ ਵਧਿਆ ਕੰਮ ਜਿਵੇਂ ਜਿਵੇਂ ਖਾਲਸ ਡਰ ਤੋਂ ਜਾਵਾ ਖਾਲਸਾ ਟਲਦਾ ਸੀ ਲੜਾਈ ਪ੍ਰਸਾਦ ਤੋਂ ਝਗੜੇ ਤੋਂ ਤਾਂ ਵਧਾਈ ਸਿਰ ਪਰ ਮੈਂ ਧਾਵਾ ਸਿਰ ਪਰ ਮੈਂ ਤੁਰ ਸਕੋ ਵੀ ਸਤੋਂ ਡਰ ਪਏ ਸਤੋਂ ਭੈ ਕਹਿੰਦਾ ਹੈ ਖਾਲਸਾ ਸਗੋਂ ਸਿਰ ਪਰ ਨੇ ਪੁੱਠੀਆਂ ਗੱਲਾਂ ਕਰਨ ਲਾਗਦੀਆਂ ਗੱਲਾਂ ਕਰਨ ਤਾਨੇ ਮੇਹ ਕਰਨ ਲੱਗ ਪਏ ਐ ਖਾਲਸ ਵਾਂਗ ਜਾਏ ਹਾਰ ਹੁਣ ਖਾਲਸਾ ਲੜ ਕੇ ਵੇਖੇ ਸਾਡੇ ਨਾਲ ਇਹ ਖਾਲਸੇ ਦੀ ਹਾਰ ਹੋ ਜਾਣੀ ਹੈ ਅੱਗੇ ਤੇ ਹਰਮਦਾਨ ਜੇਤੂ ਰਹਿੰਦਾ ਨਾ ਖਾਲਸਾ ਅੱਜ ਤੇ ਕਿਤੇ ਆ ਰਿਹਾ ਨਹੀਂ ਖਾਲਸਾ ਨਹੀਂ ਹਾਰਦਾ ਖਾਲਸੇ ਦੀ ਜਿੱਤ ਹੈ ਇਹਨਾਂ ਦੇ ਪਿਛਕਣਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਰਹਿੰਦੇ ਨੇ ਖਾਲਸੇ ਵਿੱਚ ਉਹਨਾਂ ਦੀ ਹਾਰ ਕੌਣ ਕਰਨ ਵਾਲਾ ਜੰਮਿਆ ਦੁਨੀਆਂ ਤੇ ਇਸ ਵਾਸਤੇ ਹੁਣ ਬੰਦੇ ਕਹਿੰਦੇ ਲੈ ਹੁਣ ਹਾਰੂਗਾ ਖਾਲਸਾ ਹੁਣ ਨਹੀਂ ਜਿੱਤ ਸਕੇਗਾ ਤੁਰਕਾਂ ਸਮੋਂ ਮੈਂ ਹਮ ਲੇ ਮਾਰ ਅਸੀਂ ਤੁਰਕਾਂ ਨਾਲ ਰਲ ਜਾਵਾਂਗੇ ਤੁਰਕਾਂ ਨਾਲ ਰਲ ਕੇ ਗੱਲ ਤਾਂ ਕਰ ਹੀ ਲਈ ਇਹਨਾਂ ਨੇ ਵੀ ਚੁੱਕਣਾ ਮਾਮਲਾ ਲਓ ਤੁਸੀਂ ਸਾਡੀ ਸਹਾਇਤਾ ਕਰੋ ਵੀ ਅਸੀਂ ਤੁਰਕਾਂ ਨਾਲ ਰਲ ਕੇ ਇਹਨਾਂ ਨੂੰ ਮਾਰ ਹੀ ਲਵਾਂਗੇ ਇਹ ਨਰਿੰਦਰ ਜੀ ਤਾਂ ਰਹੀ ਗੱਲ ਅਸੀਂ ਸਾਰੇ ਗੁਰਦੁਆਰਿਆਂ ਚ ਜਿੰਨੇ ਗੁਰਦੁਆਰੇ ਜਿੱਥੇ ਚੜ ਚੜਾਵਾ ਚੜਦਾ ਹੈ ਸਾਰਿਆਂ ਦੇ ਵਿੱਚ ਹੀ ਅਸੀਂ ਅੱਗੇ ਵਾਸਤੇ ਇਹ ਫੈਸਲਾ ਕਰਾ ਲੈਣਾ ਕਿ ਅੱਧ ਸਾਡਾ ਹੋਊਗਾ ਜੋ ਚੜ ਚੜਾਵਾ ਗੁਰਦੁਆਰਾ ਚੜਿਆ ਕਰੇਗਾ ਗੁਰਦੁਆਰਿਆਂ ਚ ਅੱਗੋਂ ਪਿੱਛੋਂ ਵੀ ਉਹ ਗੋਲਕ ਜੋ ਸੀ ਅੱਧਾ ਮਾਮਲਾ